ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਆਨੰਦ, ਪ੍ਰੋਗਰਾਮ ਸਾਂਝਾ ਪੰਜਾਬ ਲਾਈਵ ਲੈ ਕੇ ਇੱਕ ਵਾਰੀ ਸੰਗਤਾਂ ਦੇ ਫਿਰ ਰੂਬਰੂ ਹੋ ਚੁੱਕਾ ਹੈ। ਜਿਵੇਂ ਕਿ ਵਾਅਦਾ ਕਰਕੇ ਜਾਈਦਾ ਹੈ, ਕਿਸੇ ਨਵੇਂ ਗੈਸਟ ਦੇ ਨਾਲ ਤੁਹਾਡੀ ਜਿਹੜੀ ਹੈਗੀ ਆ ਮੁਲਾਕਾਤ ਕਰਾਈ ਜਾਏਗੀ। ਅੱਜ ਦਾ ਜਿਹੜਾ ਮੁੱਦਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਦਿੱਲੀ ਦੇ ਵਿੱਚ ਜਿੱਥੇ ਚੋਣਾਂ ਨੂੰ ਲੈ ਕੇ ਬਹੁਤ ਗਹਿਮਾ ਗਹਿਮੀ ਹੋਈ ਹੋਈ ਹੈ, ਉਹਦੇ ਨਾਲ ਨਾਲ ਇੱਕ ਬਾਲਾਜੀ ਸਾਹਿਬ ਜਿਹੜਾ ਹੋਸਪਿਟਲ ਹੈ ਜਿਹੜਾ ਦਿੱਲੀ ਦੇ ਵਿੱਚ ਬਣਿਆ ਹੋਇਆ, ਉਹਨੂੰ ਲੈ ਕੇ ਵੀ ਕਾਫੀ ਵਾਦ ਵਿਵਾਦ ਜਿਹੜਾ ਹੈਗਾ ਆ ਉਹ ਵੀ ਛਿੜਿਆ ਹੋਇਆ, ਕਿਉਂਕਿ ਪੁਰਾਣੀਆਂ ਇਹ ਕਮੇਟੀਆਂ ਸਨ, ਉਹਨਾਂ ਨੇ ਜਿਹੜੀਆਂ ਹੁੰਦੀਆਂ ਕਮੇਟੀਆਂ ਦੇ ਉੱਤੇ ਕਾਫੀ ਦੋਸ਼ ਲਾਏ ਨੇ, ਜਿਹੜੀਆਂ ਹੁੰਦੀਆਂ ਕਮੇਟੀਆਂ ਨੇ, ਮੌਜੂਦਾ ਕਮੇਟੀ ਹੈ ਉਹਨਾਂ ਨੇ ਪੁਰਾਣੀਆਂ ਕਮੇਟੀਆਂ ਦੇ ਉੱਤੇ ਕਾਫੀ ਐਸੇ ਦੂਸ਼ਣਬਾਜ਼ੀ ਕੀਤੀ ਹੋਈ ਹੈ ਕਿ ਸਮਝ ਨਹੀਂ ਆਉਂਦੀ ਕਿ ਪਬਲਿਕ ਜਿਹੜੀ ਹੈਗੀ ਹੈ ਜਾਂ ਸੰਗਤ ਕਹਿ ਦਈਏ ਕਿ ਉਹ ਆਪਣਾ ਦੁੱਖੜਾ ਕਿਹਦੇ ਅੱਗੇ ਜਾ ਕੇ ਰੋਣ। ਜੇ ਉਹ ਪੁਰਾਣੀ ਕਮੇਟੀ ਦੇ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਜੀ ਸਾਨੂੰ ਨਵੀਂ ਕਮੇਟੀ ਇਹਦੇ ਵਿੱਚ ਇਨਵੋਲਵ ਨਹੀਂ ਕਰਦੀ, ਅਤੇ ਜੇ ਉਹ ਉਸ ਕਮੇਟੀ ਦੇ ਕੋਲ ਜਾਂਦੇ ਨੇ ਜਿਹਦੇ ਕੋਲ ਮੌਜੂਦਾ ਸਾਰਾ ਕੁਛ ਹੈਗਾ ਆ, ਉਹ ਕਹਿੰਦੇ ਕਿ ਜੋ ਪੁਰਾਣੀ ਕਮੇਟੀ ਕਰਕੇ ਗਈ ਹੈ ਅਸੀਂ ਹਜੇ ਤੱਕ ਇਹ ਸਟੈਂਡ ਹੀ ਨਹੀਂ ਕਰ ਪਾਏ ਹੈਗੇ। ਇਹ ਮਤਲਬ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਕਨਫਿਊਜ਼ ਇਸ ਵੇਲੇ ਜਿਹੜੀਆਂ ਹੈਗੀਆਂ ਨੇ ਸੰਗਤ ਨੂੰ ਕਰ ਰਹੀਆਂ ਨੇ। ਅੱਜ ਇਸੇ ਹੀ ਗੱਲਬਾਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ। ਮੇਰੇ ਨਾਂ ਸੁਪ੍ਰੀਤ ਸਿੰਘ ਜੀ, ਜਿਹੜੇ ਕਿ ਦਿੱਲੀ ਤੋਂ ਨੇ, ਜਿਹੜੇ ਕਿ ਕਾਫੀ ਜਿਨ੍ਹਾਂ ਨੇ ਖੋਜ ਇਹਦੇ 'ਤੇ ਕੀਤੀ ਹੋਈ ਹੈ, ਅੱਜ ਉਹਨਾਂ ਦੇ ਨਾਲ ਰੂਬਰੂ ਹੁੰਦੇ ਹਾਂ, ਉਹਨਾਂ ਦੇ ਨਾਲ ਇਹ ਗੱਲਬਾਤ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਜਿਹੜੀ ਹੈਗੀ ਆ ਆਪਣੇ ਟਾਈਮ ਦੇ ਵਿੱਚ ਲੈ ਸਕੀਏ ਕਿ ਇਹ ਸਾਰਾ ਰੌਲਾ ਜਿਹੜਾ ਹੈਗਾ ਆ ਕਿੱਥੋਂ ਸਟਾਰਟ ਹੋਇਆ ਅਤੇ ਇਹਦਾ ਐਂਡ ਜਿਹੜਾ ਹੈਗਾ ਆ ਉਹ ਕੀ ਹੈਗਾ। ਚੱਲਦੇ ਹਾਂ ਸੁਖਪ੍ਰੀਤ ਸਿੰਘ ਵੱਲ। ਇਹ ਹਾਂਜੀ ਸੁਖਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਜਿਹੜਾ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ, ਕਿਉਂਕਿ ਵਰਕਿੰਗ ਡੇ ਜਿਹੜਾ ਹੋਣ ਕਰਕੇ ਕਾਫੀ ਜਿਹੜੀਆਂ ਹੈਗੀਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੁਹਾਨੂੰ ਇਹ ਸਟੂਡੀਓ ਦੇ ਵਿੱਚ ਆਉਣਾ ਪਿਆ। ਅਤੇ ਗੱਲ ਚੱਲਦੀ ਸੀ ਜੀ ਬਾਲਾ ਸਾਹਿਬ ਜੀ ਹੋਸਪਿਟਲ ਦੀ, ਕਿ ਕੀ ਹੈ, ਕੀ ਇਹ ਰੌਲਾ ਕੀ ਹੈ, ਇਹਦਾ ਸਾਰਾ ਜਿਹੜਾ ਹੈਗਾ ਆ ਸਟਾਰਟਿੰਗ ਦੇ ਵਿੱਚੋਂ ਦੱਸਣ ਦੀ ਕਿਰਪਾਲਤਾ ਕਰਨੀ ਕਿ ਸਟਾਰਟਿੰਗ ਇਹਦੀ ਕਿੱਥੋਂ ਹੋਈ, ਕਿੱਥੋਂ ਹੈ। ਦੇਖੋ ਭਾਈ ਸਾਹਿਬ, ਮੈਂ ਦਿੱਲੀ ਦਾ ਰਹਿਣ ਵਾਲਾ ਹਾਂ, ਮੇਰਾ ਨਾਮ ਸੁਪ੍ਰੀਤ ਸਿੰਘ ਹੈ ਤੇ ਮੈਂ ਬਾਈ ਪ੍ਰੋਫੈਸ਼ਨ ਇੱਕ ਆਈਟੀ ਪ੍ਰੋਫੈਸ਼ਨਲ ਹਾਂ, ਠੀਕ ਹੈ ਜੀ। ਹਾਂਜੀ, ਮੇਰਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ, ਕਿਸੇ ਵੀ ਚੈਨਲ ਦੇ ਨਾਲ, ਕਿਸੇ ਵੀ ਮੀਡੀਆ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦਿੱਲੀ ਦਾ ਵਸਨੀਕ ਹੋਣ ਕਰਕੇ, ਸਿੱਖ ਸੰਗਤ ਵਿੱਚੋਂ ਹੋਣ ਕਰਕੇ, ਇਹ ਮੇਰੇ ਦਿਲ ਦਾ ਦਰਦ ਹੈ ਕਿ ਦਿੱਲੀ ਦੇ ਜਿੰਨੇ ਵੀ ਜਿਹਨੋ ਸਿੱਖਿਆ ਦੇ ਅਦਾਰੇ ਨੇ, ਭਾਵੇਂ ਸਕੂਲਸ ਹੋਣ, ਕਾਲਜਿਸ ਹੋਣ, ਹੋਸਪਿਟਲਸ ਹੋਣ, ਉਹ ਉੱਚ ਪੱਧਰ ਦੇ ਹੋਣੇ ਚਾਹੀਦੇ ਨੇ। ਹਾਂਜੀ, ਸਿੱਧਾ ਗੱਲ ਆਉਂਦੀ ਹੈ ਬਾਲਾ ਸਾਹਿਬ ਹੋਸਪਿਟਲ ਦੇ ਉੱਤੇ। ਦਿੱਲੀ ਦੇ ਇਸ ਵੇਲੇ, ਦਿੱਲੀ ਦੇ ਅੰਦਰ ਇਸ ਵੇਲੇ 10 ਇਤਿਹਾਸਿਕ ਗੁਰਦੁਆਰੇ ਨੇ, ਜਿਹੜਾ ਇਤਿਹਾਸਿਕ ਗੁਰਦੁਆਰੇ ਦੀ ਸੇਵਾ ਸੰਭਾਲ ਦਿੱਲੀ ਗੁਰਦੁਆਰਾ ਕਮੇਟੀ ਕਰਦੀ ਹੈ। ਉਹਨਾਂ ਵਿੱਚੋਂ ਇੱਕ ਇਤਿਹਾਸਿਕ ਗੁਰਦੁਆਰਾ ਹੈ ਜਿਹੜਾ ਕਿ ਰਿੰਗ ਰੋਡ ਤੇ ਪੈਂਦਾ ਹੈ, ਉਹਦਾ ਨਾਂ ਹੈ ਬਾਲਾ ਸਾਹਿਬ ਗੁਰਦੁਆਰਾ, ਗੁਰਦੁਆਰਾ ਬਾਲਾ ਸਾਹਿਬ। ਹਾਂਜੀ, ਉੱਥੇ 3 ਅੰਗੀਠੇ ਹੈਗੇ ਨੇ, ਮਾਤਾ ਸਾਹਿਬ ਕੌਰ ਦਾ, ਹਾਂਜੀ, ਮਾਤਾ ਸੁੰਦਰ ਕੌਰ ਦਾ, ਤੇ ਉਸ ਤੋਂ ਬਾਅਦ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਅੰਗੀਠਾ ਉੱਥੇ ਹੈ। ਅੱਛਾ, ਜਿਹਦੀ ਯਾਦ ਦੇ ਅੰਦਰ ਉਹ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ। ਹਾਂ ਹਾਂ, ਉਹ ਜਿਹੜੇ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਹੈਗੀ ਹੈ ਉਹ ਹੈਗੀ ਹੈ 2.5-3 ਏਕੜ ਦੇ ਆਸ ਪਾਸ ਦੀ ਜਗ੍ਹਾ। ਅੱਛਾ ਜੀ, ਉਹਦੇ ਅੱਗੇ ਦੀ 7.5-8 ਏਕੜ ਦੀ ਜਗ੍ਹਾ ਪੈਂਦੀ ਸੀ, ਜਿਹੜੀ ਖੁੱਲੀ ਜਗ੍ਹਾ ਸੀ, ਜਿਹੜਾ ਕਿ ਸਿੱਖਾਂ ਨੇ 1980-81 ਦੇ ਅੰਦਰ, ਆਸ ਪਾਸ ਦੇ ਅੰਦਰ ਇਸ ਉੱਤੇ ਕਬਜ਼ਾ ਕਰ ਲਿਆ ਸੀ। ਠੀਕ ਹੈ ਜੀ, ਤਾਂ ਤੋਂ ਇਹ ਜਗ੍ਹਾ ਸਾਡੇ ਇਹ ਕਸਟਡੀ ਅੰਦਰ ਹੈਗੀ ਹੈ। ਬੜੇ ਲੰਬੇ ਟਾਈਮ ਤੱਕ ਇਹਦੇ ਉੱਤੇ ਵਾਦ ਵਿਵਾਦ ਚੱਲਦਾ ਰਿਹਾ।
ਜਦ ਮੈਂ 2000 ਸਨ 2000 ਜਾਂ 2001 ਦੀ ਗੱਲ ਕਰਾਂ, ਉਹਦੇ ਵਿੱਚ ਪਰਮਜੀਤ ਸਿੰਘ ਸਰਨਾ ਦੀ ਕਮੇਟੀ ਸੀ, ਹਾਂਜੀ ਹਾਂਜੀ, ਜਿਹੜੇ ਸਾਬਕਾ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਸਰਨਾ, ਹਾਂਜੀ, ਉਹਨਾਂ ਨੇ ਇਸ ਹਸਪੀਟਲ ਦਾ ਇੱਕ ਵਿਜ਼ਨ ਲੈ ਕੇ ਚੱਲੇ ਕਿ ਬਈ ਇੱਥੇ ਇਸ ਹਸਪੀਟਲ ਨੂੰ ਅਸੀਂ ਦਿੱਲੀ ਕਮੇਟੀ ਆਪ ਨਹੀਂ ਚਲਾ ਸਕਦੀ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਗੁਰਦੁਆਰਾ ਨਿਜ਼ਾਮ ਨੂੰ ਸਾਂਭਣ ਵਾਲੀ ਕਮੇਟੀ ਹੈ, ਉਹ ਇੱਕ ਪ੍ਰੋਫੈਸ਼ਨਲ ਬਾਡੀ ਨਹੀਂ ਚਲਾ ਸਕਦੀ, ਖਾਸ ਕਰ ਹਸਪੀਟਲ, ਜਿਸ ਕਰਕੇ ਪਹਿਲੇ ਉਹਦਾ ਕਰਾਰ ਕੀਤਾ ਗਿਆ ਮਨੀਪਾਲ ਗਰੁੱਪ ਦੇ ਨਾਲ, ਫਿਰ ਉਹਦੇ ਬਾਅਦ ਕਰਾਰ ਕੀਤਾ ਗਿਆ ਬੀ ਐਲ ਕਪੂਰ ਦੇ ਨਾਲ। ਅੱਛਾ ਜੀ, ਇੱਥੇ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਤੋਂ ਮਿਸਟੇਕ ਇਹ ਹੋਈ ਸੀ ਸਰਨਾ ਸਾਹਿਬ ਤੋਂ, ਜਦ ਉਹਨਾਂ ਦੇ ਕੋਲ ਗੁਰਦੁਆਰੇ ਦੀ ਸੇਵਾ ਸੰਭਾਲ ਸੀ, ਉਹਨਾਂ ਨੇ ਬਿਲਕੁਲ ਹੀ ਆਪਣੀ ਯੂਨੋ ਗੁਰਦੁਆਰਾ ਕਮੇਟੀ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਚਲਾਇਆ ਸੀ। ਅੱਛਾ, ਨਾ ਉਹ ਕਿਸੇ ਨੂੰ ਡਿਸਕਸ ਕਰਦੇ ਸੀ, ਨਾ ਕਿਸੇ ਦੇ ਨਾਲ, ਉਹਨਾਂ ਨੇ ਜਨਰਲ ਹਾਊਸ ਦੇ ਅੰਦਰ ਇਹਨੂੰ ਪ੍ਰੋਪਰਲੀ ਸੱਦਿਆ, ਓਪੋਜੀਸ਼ਨ ਦੇ ਮੈਂਬਰਸ ਨੂੰ ਕੌਨਫੀਡੈਂਸ ਅੰਦਰ ਨਹੀਂ ਲਿਆ। ਤਾਂ ਸਭ ਤੋਂ ਵੱਡੀ ਗੱਲ ਹੈਗੀ ਹੈ, ਜਿਹੜੀ ਦਿੱਲੀ ਦੀ ਸੰਗਤ ਹੈ ਉਹਨਾਂ ਨੂੰ ਆਪਣੇ ਕੌਨਫੀਡੈਂਸ ਅੰਦਰ ਨਹੀਂ ਲਿਆ ਇਹਨਾਂ ਨੂੰ। ਉਸ ਵੇਲੇ ਉਹਨਾਂ ਦੇ ਬਾਦਲ ਕਮੇਟੀ ਦੇ ਜਿਹੜੇ ਮੈਂਬਰ ਸੀ, ਉਹ ਖਾਸ ਕਰ ਕੁਲਦੀਪ ਸਿੰਘ ਭੋਗਲ, ਉਹਨਾਂ ਨੇ ਇਸ ਚੀਜ਼ ਨੂੰ ਲੀਗਲੀ ਲੜਿਆ ਤੇ ਇਹਦੇ ਉੱਤੇ ਸਟੇ ਕਰਵਾਤਾ। ਇਲਜ਼ਾਮ ਇਹ ਲਗਾਤਾ ਗਿਆ ਕਿ ਜੀ ਉਹ ਜਿਹੜੇ ਸਰਨਾ ਸਾਹਿਬ ਹੈਗੇ ਨੇ 350 ਕਰੋੜ ਅੰਦਰ ਜ਼ਮੀਨ ਵੇਚ ਕੇ ਜਾਂ ਹਸਪੀਟਲ ਵੇਚ ਕੇ ਸੋ ਐਨ ਸੋ। ਪਰ ਮੁੱਦੇ ਦੀ ਗੱਲ ਹੈਗੀ ਹੈ ਕਿ ਇਹ ਗੁਰਦੁਆਰਾ ਕਮੇਟੀ ਦੀ ਜਗ੍ਹਾ ਹੈ, ਇਹ ਕਿਸੇ ਨੂੰ ਨਾ ਵੇਚੀ ਜਾ ਸਕਦੀ ਹੈ ਨਾ ਕਿਸੇ ਨੂੰ ਲੀਜ਼ ਤੇ ਦਿੱਤੀ ਜਾ ਸਕਦੀ ਹੈ। ਹਾਂ, ਪਰ ਜੇ ਇਸ ਜਗ੍ਹਾ ਦੇ ਉੱਤੇ ਹਸਪੀਟਲ ਚਲਾਉਣਾ ਹੈ ਤੇ ਤੁਹਾਨੂੰ ਪ੍ਰੋਫੈਸ਼ਨਲ ਬਾਡੀ ਦੇ ਨਾਲ ਟਾਈ ਅਪ ਕਰਨਾ ਪਏਗਾ। ਉਹ ਟਾਈ ਅਪ ਪਹਿਲੇ ਕੀਤਾ ਗਿਆ ਸੀ, ਪਰ ਕਿਉਂਕਿ ਉਹਦੀ ਕਮਿਊਨੀਕੇਸ਼ਨ ਜਿਹੜੀ ਹੈਗੀ ਸੀ, ਤੁਹਾਡੇ ਟਾਈ ਅਪ ਕਰਨ ਦਾ ਤਰੀਕਾ, ਤੁਹਾਡਾ ਪ੍ਰੋਫੈਸ਼ਨਲ ਇਹ ਕੋਲੈਬੋਰੇਟ ਕਰਨ ਦਾ ਤਰੀਕਾ ਸੰਗਤ ਨੂੰ ਨਾ ਸਮਝਾਇਆ ਗਿਆ, ਨਾ ਜਨਰਲ ਹਾਊਸ ਦੇ ਅੰਦਰ ਸਹੀ ਤਰੀਕੇ ਨਾਲ ਡਿਸਕਸ ਹੋਇਆ, ਨਾ ਐਗਜ਼ੀਕਿਊਟਿਵ ਕਮੇਟੀ ਦੇ ਅੰਦਰ ਸਹੀ ਤਰੀਕੇ ਨਾਲ ਡਿਸਕਸ ਹੋਇਆ, ਜਿਸ ਚੀਜ਼ ਨੂੰ ਲੈ ਕੇ ਵਾਦ ਵਿਵਾਦ ਖੜਾ ਹੋ ਗਿਆ ਤੇ ਅਕਾਲੀ ਦਲ ਬਾਦਲ ਜਿਹੜੀ ਕਿ ਉਹਨਾਂ ਦੀ ਓਪੋਜੀਸ਼ਨ ਪਾਰਟੀ ਸੀ, ਇਹਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਪੋਲੀਟੀਕਲ ਯੂਨੋ ਉਹਨਾਂ ਨੇ ਘੇਰ ਲਿਆ ਸਰਨਾ ਗਰੁੱਪ ਨੂੰ, ਤੇ ਉਹ ਆਪ ਸੇਵਾ ਦੇ ਅੰਦਰ ਆ ਗਏ। 2013 ਦੇ ਅੰਦਰ ਜਦ ਬਾਦਲ ਗਰੁੱਪ ਸੇਵਾ ਦੇ ਅੰਦਰ ਆਉਂਦਾ ਹੈ ਤੇ ਉਹਨੇ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਸਰਨਾ ਭਰਾਵਾਂ ਨੇ ਗਲਤ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਟਾਈਪ ਕੀਤਾ ਹੈ ਕਿ ਅਸੀਂ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਆਪਣੇ ਦਮ ਤੇ ਚਲਾਵਾਂਗੇ, ਕਾਰ ਸੇਵਾ ਲਈ ਬਾਬਿਆਂ ਦੀ ਸਪੋਰਟ ਦੇ ਨਾਲ। 2013 ਤੋਂ ਬਾਅਦ 2017 ਦੇ ਇਲੈਕਸ਼ਨ ਹੋ ਜਾਂਦੇ ਹੈਗੇ ਨੇ, ਉਹਦੇ ਉੱਤੇ ਇੱਕ ਇੱਟ ਨਹੀਂ ਲੱਗਦੀ। 2017 ਦੇ ਅੰਦਰ ਦੁਬਾਰਾ ਇਲੈਕਸ਼ਨ ਹੁੰਦੇ ਨੇ, ਉਹਨਾਂ ਦਾ ਦੁਬਾਰਾ ਚੋਣ ਮੈਨੀਫੈਸਟੋ ਜਾਰੀ ਹੁੰਦਾ ਕਿ ਹੁਣ ਸਾਡੀ ਕਮਿਟਮੈਂਟ ਹੈਗੀ ਹੈ ਕਿ ਅਸੀਂ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ, ਉਸ ਗੁਰਪੁਰਬ ਦੇ ਉੱਤੇ ਇਸ ਬੈਡਸ ਨੂੰ 550 ਬੈਡਸ ਵਾਲੇ ਹਸਪਿਟਲ ਦੇ ਰੂਪ ਦੇ ਅੰਦਰ ਮਲਟੀ ਸਪੈਸ਼ਲਿਟੀ ਹਸਪਿਟਲ ਖੋਲ ਕੇ ਸੰਗਤ ਦੀ ਝੋਲੀ ਅੰਦਰ ਪਾਵਾਂਗੇ ਤੇ 1 ਜਾਂ 2 ਸਾਲ ਦੇ ਅੰਦਰ ਇਸ ਉੱਤੇ ਮੈਡੀਕਲ ਹਸਪਿਟਲ ਵੀ ਚਲਾ ਸ਼ੁਰੂ ਕਰ ਦਾਂਗੇ। ਠੀਕ ਹੈ, ਤਾਂ ਸੁਪ੍ਰੀਤ ਜੀ, ਇੱਕ ਚੀਜ਼ ਦੀ ਇੱਥੇ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਕਾਰ ਸੇਵਾ ਵਾਲੇ ਜਿਹੜੇ ਬਾਬਾ ਜੀ ਆ, ਉਹਨਾਂ ਦੀ ਕੀ ਇਨਵੋਲਵਮੈਂਟ ਸੀ ਇਹਦੇ ਵਿੱਚ ਦਿੱਲੀ ਕਮੇਟੀ ਦੇ ਨਾਲ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਸ ਵੇਲੇ ਜਿਹੜਾ ਮੌਜੂਦਾ ਬਿਲਡਿੰਗ ਬਣੀ ਹੋਈ ਹੈ, ਉਹ ਜਿਹੜੀ ਬਿਲਡਿੰਗ ਬਣੀ ਹੈ ਉਹ ਕਾਰ ਸੇਵਾ ਵਾਲੇ ਬਾਬਾ ਜੀ ਜਿਹੜੇ ਬਾਬਾ ਹਰਬੰਸ ਸਿੰਘ ਜੀ ਸੀ, ਉਹਨਾਂ ਦੀ ਵਜ੍ਹਾ ਨਾਲ ਬਿਲਡਿੰਗ ਬਣੀ ਹੈਗੀ ਹੈ। ਉਹ ਉਹਨਾਂ ਨੇ ਸਾਰੀ ਬਿਲਡਿੰਗ ਦਾ ਇਨਫਰਾਸਟ੍ਰਕਚਰ ਤਿਆਰ ਕਰਕੇ ਦਿੱਤਾ ਹੈਗਾ, ਜਿਹੜਾ 4 ਜਾਂ 5 ਮੰਜ਼ਿਲਾ ਬਿਲਡਿੰਗ ਇਸ ਵੇਲੇ ਖੰਡਰ ਹੁੰਦੀ ਜਾ ਰਹੀ ਹੈ। ਇਸ ਬਿਲਡਿੰਗ ਦੇ ਉੱਤੇ 70-80 ਕਰੋੜ ਰੁਪਇਆ ਕਾਰ ਸੇਵਾ ਵਾਲੇ ਬਾਬਾ ਜੀ ਦਾ ਲੱਗਿਆ ਹੋਇਆ ਹੈਗਾ, ਬਾਬਾ ਹਰਬੰਸ ਸਿੰਘ ਜੀ ਦਾ। ਅੱਛਾ ਜੀ, ਤੇ ਖੰਡਰ ਦਾ ਕੀ ਮਤਲਬ? ਤੁਸੀਂ ਕਿ ਉਹਨਾਂ ਨੇ ਤਾਂ ਬੜੀ ਖੂਬਸੂਰਤ ਬਿਲਡਿੰਗ ਜਿਹੜੀ ਹੈਗੀ ਦਿਖਾਈ ਹੋਈ ਹੈ, ਜਿਹੜੀ ਸ਼ੋਅ ਕੀਤੀ ਹੈ, ਖੰਡਰ ਕਿਹੜੇ ਪਾਸਿਓਂ ਬਣੀ ਹੋਈ ਉਹ? ਸਰ, ਉਹ ਜਿਹੜੀ ਖੂਬਸੂਰਤ ਤੁਹਾਨੂੰ ਬਿਲਡਿੰਗ ਦਿਖਾਈ ਜਾ ਰਹੀ ਹੈ, ਉਹ ਸਿਰਫ ਤੇ ਸਿਰਫ ਇੱਕ ਫੋਟੋਆਂ ਦੇ ਅੰਦਰ ਦਿਖਾਈ ਜਾਂਦੀ ਹੈਗੀ ਹੈ, ਉਹ ਇੱਕ ਨਕਸ਼ਾ ਹੈਗਾ। ਅੱਛਾ, ਪਰ ਐਕਚੁਅਲੀ ਉਹ ਜਿਹੜੀ ਬਿਲਡਿੰਗ ਹੈਗੀ ਹੈ ਅੱਜ ਤੋਂ 10-15 ਸਾਲ ਪਹਿਲੇ ਬਣ ਕੇ ਤਿਆਰ ਹੋ ਗਈ ਸੀ, ਕਿਉਂਕਿ ਇਹਦੇ ਉੱਤੇ ਸਾਰੀ ਲਿਟੀਗੇਸ਼ਨਸ ਪੈ ਗਈਆਂ, ਕੋਰਟ ਕਚਹਿਰੀ ਦੇ ਅੰਦਰ ਕੇਸ ਚਲਾ ਗਿਆ, ਰਾਜਨੀਤੀ ਹੁੰਦੀ ਰਹੀ। ਉਹ ਜਿਹੜੀ ਵਧੀਆ ਬਿਲਡਿੰਗ ਬਣਾਈ ਗਈ ਸੀ, ਆ ਜੋ ਬਿਲਡਿੰਗ ਖੰਡਰ ਹੁੰਦੀ ਜਾ ਰਹੀ ਹੈ, ਉਸ ਬਿਲਡਿੰਗ ਦੇ ਅੰਦਰ ਦਰਾਰਾਂ ਪੈ ਗਈਆਂ ਨੇ, ਉਹਦੇ ਜਿਹੜੇ ਪਿਲਰਸ ਨੇ ਇੱਟਾਂ ਦੇ ਅੰਦਰ ਦਰਾਰਾਂ ਆ ਚੁੱਕੀਆਂ ਨੇ। ਅੱਛਾ, ਠੀਕ ਹੈ ਜੀ, ਇਸ ਕਰਕੇ ਉਸ ਬਿਲਡਿੰਗ ਨੂੰ ਖੰਡਰ ਕਿਹਾ ਜਾਂਦਾ ਹੈਗਾ। ਯਾਨੀ ਕਿ ਜਿਹੜੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਦਾ ਸੁਪਨਾ ਹੈਗਾ ਸੀ, ਉਹ ਆਪਸੀ ਰਾਜਨੀਤੀ ਦੇ ਅੰਦਰ, ਸਰਨਾ ਗੁੜ ਤੇ ਬਾਦਲ ਗੁੜ ਦੀ ਆਪਸੀ ਰਾਜਨੀਤੀ ਦੇ ਅੰਦਰ ਇੱਕ ਖੰਡਰ ਬਣਦਾ ਜਾ ਰਿਹਾ ਹੈ, ਤੇ ਉਹ ਇੱਕ ਬਲੰਡਰ ਹੋ ਚੁੱਕਿਆ ਹੈਗਾ।
ਹੁਣੇ ਰੀਸੈਂਟਲੀ 2-3 ਮਹੀਨੇ ਪਹਿਲੇ ਦੀ ਸ਼ਾਇਦ ਗੱਲ ਹੈਗੀ ਹੈ, ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਹੈਗੇ ਸੀ ਬਾਦਲ ਦਲ ਤੋਂ, ਉਹਨਾਂ ਨੇ ਆਪਣੀ ਇਸ ਮਿਸਟੇਕ ਨੂੰ ਮੰਨਿਆ ਹੈ ਇੱਕ ਇੰਟਰਵਿਊ ਦੇ ਅੰਦਰ। ਉਹਨਾਂ ਨੇ ਕਿਹਾ ਹੈ ਕਿ ਸਾਡੇ ਤੋਂ ਬਹੁਤ ਵੱਡਾ ਪੋਲੀਟੀਕਲ ਬਲੰਡਰ ਹੋਇਆ ਹੈਗਾ ਜਿਹੜਾ ਕਿ ਅਸੀਂ ਸਰਨਾ ਗੁੜ ਦਾ ਜਿਹੜਾ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਸੀ ਉਸ ਨੂੰ ਰੁਕਵਾ ਕੇ, ਜੇ ਇਹ ਹਸਪੀਟਲ ਬਣਦਾ ਤੇ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਦੇ ਰਾਹੀਂ ਹੀ ਬਣ ਸਕਦਾ ਹੈ। ਗੁਰਦੁਆਰਾ ਕਮੇਟੀ ਦੇ ਕੋਲ ਆਪਣੀ ਕੰਪੀਟੈਂਸ ਨਹੀਂ ਹੈ, ਆਪਣਾ ਰਿਸੋਰਸਿਸ ਨਹੀਂ ਹੈ, ਤੇ ਮੋਟਾ ਮੋਟਾ ਜਿਹੜਾ ਇਹਦਾ ਖਰਚਾ ਹੈਗਾ ਉਹ 800-850 ਕਰੋੜ ਦਾ ਖਰਚਾ ਹੈ। ਅੱਛਾ ਜੀ, 2 ਸਾਲ ਪਹਿਲੇ ਦਿੱਲੀ ਦੇ ਅੰਦਰ ਦਿੱਲੀ ਦੇ ਨਾਮਚਿੰਦ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਦੀ ਮੀਟਿੰਗ ਬੁਲਾਈ ਜਾਂਦੀ ਹੈ, ਮੈਡੀਕਲ ਕਾਨਫਰੰਸ ਸੱਦੀ ਜਾਂਦੀ ਹੈਗੀ ਭਾਈ ਵੀਰ ਸਿੰਘ ਸਦਨ ਦੇ ਅੰਦਰ, ਤੇ ਦਾਸ ਵੀ ਉਸ ਮੀਟਿੰਗ ਨੂੰ ਅਟੈਂਡ ਕਰਦਾ ਹੈ। ਦਿੱਲੀ ਹੀ ਨਹੀਂ, ਜਿਹੜੇ ਟੌਪ ਦੇ ਇੰਡੀਆ ਦੇ ਡਾਕਟਰਸ ਹੈਗੇ ਨੇ ਉਹਨਾਂ ਨੇ ਦਿੱਲੀ ਕਮੇਟੀ ਨੂੰ ਇੱਕ ਸਜੈਸ਼ਨ ਦਿੱਤਾ ਕਿ ਜੇ ਤੁਸੀਂ ਇੱਕ ਇਸ ਨੂੰ ਇੱਕ ਵਰਲਡ ਕਲਾਸ ਹਸਪੀਟਲ ਦੀ ਤਰ੍ਹਾਂ ਚਲਾਉਣਾ ਹੈ, ਮਲਟੀ ਸਪੈਸ਼ਲਿਟੀ ਹਸਪੀਟਲ ਦੀ ਤਰ੍ਹਾਂ, ਤੇ ਤੁਹਾਨੂੰ ਇੱਕ ਪ੍ਰੋਫੈਸ਼ਨਲ ਬਾਡੀ ਦੇ ਨਾਲ ਕੋਲੈਬੋਰੇਸ਼ਨ ਕਰਨੀ ਪਏਗੀ। ਤੁਹਾਡਾ ਜਿਹੜਾ ਕਰੰਟ ਸਿਸਟਮ ਹੈ ਕਿ ਤੁਸੀਂ ਕਿਸੇ ਵੀ ਪੜ੍ਹੇ ਯੂਨੋ ਅਨਪੜ੍ਹ ਗਵਾਰ ਚੇਅਰਮੈਨ ਨੂੰ ਮੈਨੇਜਰ ਬਣਾ ਦਿੰਦੇ ਹੋ ਜਾਂ ਕੁਛ ਹੋਰ ਉਹਨੂੰ ਪਦ ਤੇ ਬਿਠਾ ਦਿੰਦੇ ਹੈਗੇ, ਉਹ ਚੀਜ਼ ਨਹੀਂ ਚੱਲੇਗੀ। ਤੁਹਾਨੂੰ ਪ੍ਰੋਫੈਸ਼ਨਲ ਡਾਕਟਰਸ ਦੀ ਬਾਡੀ ਬਣਾ ਕੇ ਇਹਨੂੰ ਗਵਰਨ ਕਰਨਾ ਪਏਗਾ। ਇਹਦੀ ਜਿਹੜੀ ਗਵਰਨੈਂਸ ਹੋਣੀ ਚਾਹੀਦੀ ਹੈ ਪੜ੍ਹੇ ਲਿਖੇ ਡਾਕਟਰਸ ਦੇ ਕੋਲ ਹੀ ਹੋਣੀ ਚਾਹੀਦੀ ਹੈ ਜਿਹੜੇ ਮੈਡੀਕਲ ਫੀਲਡ ਦੇ ਸਪੈਸ਼ਲਿਸਟ ਹੈਗੇ ਨੇ। ਠੀਕ, ਉਸ ਚੀਜ਼ ਤੋਂ ਬਾਅਦ ਵੀ ਅੱਜ ਪਤਾ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਇਸ ਚੀਜ਼ ਦੇ ਉੱਤੇ ਕਿਉਂ ਹਿਚਕਚਾ ਰਹੀ ਹੈ, ਜਦਕਿ ਸੰਗਤ ਨੇ ਉਹਨਾਂ ਨੂੰ ਆਪਣਾ ਪੂਰਾ ਦਾ ਪੂਰਾ ਹੁੰਗਾਰਾ ਦੇਤਾ ਹੈ ਕਿ ਸੰਗਤ ਵੀ ਚਾਹੁੰਦੀ ਹੈ ਦਿੱਲੀ ਦੀ, ਕਿਉਂਕਿ ਦਿੱਲੀ ਦੀ ਜਿਹੜੀ ਸੰਗਤ ਹੈ ਉਹ ਸਾਰੀ ਪੜ੍ਹੀ ਲਿਖੀ ਜੈਂਟਰੀ ਹੈ, ਸਰਵਿਸ ਕਲਾਸ ਜੈਂਟਰੀ ਜ਼ਿਆਦਾ ਹੈਗੀ ਹੈ, ਉਹ ਚਾਹੁੰਦੇ ਹੈ ਕਿ ਇਸ ਹਸਪੀਟਲ ਨੂੰ ਇੱਕ ਪ੍ਰੋਫੈਸ਼ਨਲ ਬਾਡੀ ਦੇ ਨਾਲ ਟਾਈ ਅਪ ਕਰਕੇ ਸੁਚੱਜੇ ਢੰਗ ਦੇ ਨਾਲ 550 ਬੈਡਸ ਦੇ ਹਸਪੀਟਲ ਦੇ ਅੰਦਰ ਕਨਵਰਟ ਕੀਤਾ ਜਾਏ, ਮਲਟੀ ਸਪੈਸ਼ਲਿਟੀ ਹਸਪੀਟਲ ਬਣਾਇਆ ਜਾਏ, ਉਹਦੇ ਨਾਲ ਹੀ ਨਾਲ ਸਿੱਖ ਬੱਚਿਆਂ ਦਾ ਮਾਇਨੋਰਟੀ ਕਾਲਜ ਬਣਾਇਆ ਜਾਏ ਜਿੱਥੇ ਸਿੱਖ ਬੱਚਿਆਂ ਨੂੰ MBBS ਸੀਟਾਂ, MDS ਸੀਟਾਂ, BDS ਦੀ ਸੀਟਾਂ ਦਾ ਐਡਮਿਸ਼ਨ ਮਿਲ ਸਕਣ ਇੱਕ ਆਪਟੀਮਮ ਰੇਟ ਦੇ ਉੱਤੇ। ਅੱਛਾ ਜੀ, ਠੀਕ ਹੈ ਜੀ, ਹੁਣ ਤੇ ਇਹ ਸੀ ਤੇ ਇਹ ਜਿਹੜੀ ਕਿ ਸਾਰੀ ਪੋਲੀਟੀਕਲ ਪਾਰਟੀਆਂ ਦਾ ਇੱਕ ਚੋਣ ਮੈਨੀਫੈਸਟੋ ਵੀ ਸੀ, ਪਰ ਹੋਇਆ ਕੀ, ਹੁਣੇ ਸਾਨੂੰ ਪਤਾ ਚੱਲ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇੱਕ ਇੱਥੇ ਡਾਇਲਿਸਿਸ ਸੈਂਟਰ ਖੋਲਤਾ ਹੈ, ਉਹ ਵੀ ਫਰੰਟ ਦੀ ਜਗ੍ਹਾ ਦੇ ਉੱਤੇ। ਅੱਛਾ ਜੀ, ਮੈਂ ਉੱਥੇ ਗਰਾਊਂਡ ਰਿਪੋਰਟਿੰਗ ਲਈ ਕਰਨ ਲਈ ਗਿਆ ਸੀ, ਤੇ ਮੈਂ ਉੱਥੇ ਜਾ ਕੇ ਕੁਲਦੀਪ ਸਿੰਘ ਭੋਗਲ ਦਾ ਤੇ ਤਰਵਿੰਦਰ ਸਿੰਘ ਮਾਰਵਾ ਜਿਹੜੇ ਉੱਥੇ ਦੇ ਐਕਸ MLA ਨੇ ਉਸ ਇਲਾਕੇ ਦੇ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਹੈਗੇ ਹੈ, ਤੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਇੱਕ ਰਜਿਸਟਰਡ ਬਾਡੀ ਹੈ, ਉਹਦੇ ਪ੍ਰਧਾਨ ਵੀ ਹੈਗੇ ਆ ਉਹ। ਅੱਛਾ, ਉਹਨਾਂ ਨੇ ਬੇਸਿਕਲੀ ਮੈਨੂੰ ਆਪਣਾ ਇਹ 10 ਪੁਆਇੰਟ ਦਾ ਸਾਰਾ ਪ੍ਰੈਸ ਕਾਨਫਰੰਸ ਦੀ ਜਿਹੜੀ ਡਿਟੇਲ ਹੈਗੀ ਉਹਨਾਂ ਨੇ ਦਿੱਤੀ ਸੀ, ਇਹਦੇ ਅੰਦਰ ਸਾਰਾ ਦਾ ਸਾਰੀ ਡਿਟੇਲ ਮੈਂਸ਼ਨ ਕੀਤੀ ਹੋਈ ਹੈ ਕਿ ਕਿਵੇਂ ਦਿੱਲੀ ਗੁਰਦੁਆਰਾ ਕਮੇਟੀ ਨੇ ਇੱਕ ਇਹ ਪੈਸੇ ਕਮਾਉਣ ਦੇ ਲਈ ਇੱਕ ਘੁਟਾਲਾ ਕੀਤਾ, ਇੱਕ ਇੱਕ ਮਤਲਬ ਇੱਕ ਕਹਿ ਸਕਦੇ ਹਾਂ ਕਿ ਇੱਕ ਸੌਦੇਬਾਜ਼ੀ ਵਾਲੀ ਗੱਲ ਕੀਤੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਜਿਹੜੀ ਫਰੰਟ ਫੇਸਿੰਗ ਦੀ ਜਗ੍ਹਾ ਹੈਗੀ ਹੈ ਉਹ ਕਰੋੜਾਂ ਰੁਪਏ ਦੇ ਅੰਦਰ ਜਗ੍ਹਾ ਹੈ, ਮੈਂ ਮਿਨੀਮਮ ਇਸ ਜਗ੍ਹਾ ਨੂੰ 150-200 ਕਰੋੜ ਦੀ ਐਸਟੀਮੇਟ ਦੱਸ ਰਿਹਾ ਹਾਂ, ਠੀਕ ਹੈ ਜੀ। ਫਰੰਟ ਫੇਸ ਦੇ ਉੱਤੇ ਹਮੇਸ਼ਾ ਪਹਿਲੀ ਗੱਲ ਹੈਗੀ ਹੈ ਇੱਕ ਐਮਰਜੈਂਸੀ ਸੈਂਟਰ ਹੋਣਾ ਚਾਹੀਦਾ, ਐਮਰਜੈਂਸੀ ਵਾਰਡ ਹੁੰਦਾ ਜਾਂ ਟਰੋਮਾ ਸੈਂਟਰ ਹੁੰਦਾ ਹੈਗਾ, ਉਹ ਜਿਹੜੀ ਜਗ੍ਹਾ ਹੈਗੀ ਹੈ ਪ੍ਰਾਈਮ ਲੋਕੇਸ਼ਨ ਤੇ 150-200 ਕਰੋੜ ਦੀ ਜਗ੍ਹਾ ਹੈ, ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਇੱਕ ਡਾਇਲਿਸਿਸ ਸੈਂਟਰ ਖੋਲਤਾ, ਤੇ ਉਹ ਜਿਹੜਾ ਡਾਇਲਿਸਿਸ ਸੈਂਟਰ ਹੈਗਾ ਇੱਕ ਕੇਰਲਾ ਦੀ NGO ਹੈਗੀ ਹੈ, ਉਹਦਾ ਨਾਂ ਹੈ ਨਿਪਰੋ ਰੋਨਲ ਕੈਰੋ। ਇਹ ਜਿਹੜੇ ਵੀ ਫੈਕਟਸ ਹੈਗੇ ਨੇ ਇਹ ਮੈਂ ਤਰਵਿੰਦਰ ਸਿੰਘ ਮਾਰਵਾ ਵੱਲੋਂ ਦੱਸੇ ਗਏ ਫੈਕਟਸ ਨੇ ਜਿਹੜੇ ਕਿ ਮੈਂ ਇੱਥੇ ਰਿਪੀਟ ਕਰ ਰਿਹਾ ਹਾਂ। ਨਿਪਰੋ ਰੋਨਲ ਕੈਰੋ ਇੱਕ, ਠੀਕ ਹੈ ਸੁਖਪ੍ਰੀਤ ਜੀ, ਸੁਪ੍ਰੀਤ ਜੀ ਸੋਰੀ ਕਿ ਮੈਂ ਇੱਥੇ ਤੁਹਾਨੂੰ ਸੋਰੀ ਟੋਕਦਾ, ਕਿ ਮਤਲਬ ਕਿ ਦਿੱਲੀ ਕਮੇਟੀ ਦੇ ਕੋਲ ਇੰਨਾ ਵੀ ਖਰਚਾ ਨਹੀਂ ਹੈਗਾ ਕਿ ਉਹ ਆਪਣੇ ਦਮ ਦੇ ਉੱਤੇ ਇਸ ਹਸਪੀਟਲ ਨੂੰ ਚਲਾ ਸਕਣ, ਕਿ ਮਤਲਬ ਕਿ ਕਿੱਥੇ ਆ ਕੇ ਗੱਲ ਅੜਦੀ ਹੈ ਕਿ ਜਿਹੜੀ ਕਿ ਇੱਕ ਪ੍ਰਾਈਵੇਟ NGO ਨੂੰ ਜਿਹੜਾ ਹੈਗਾ ਡਾਇਲਿਸਿਸ ਵਾਸਤੇ ਜਿਹੜੀ ਹੈਗੀ ਹੈ ਜਗ੍ਹਾ ਦੇਣੀ ਪਈ, ਉਹਨਾਂ ਨੂੰ ਜਿਹੜੀ ਹੈਗੀ ਹੈ ਜੋ ਉਹਨਾਂ ਨੇ ਉਹਦੀ ਕੀਮਤ ਡਿਸਾਈਡ ਕੀਤੀ ਹੈਗੀ ਹੈ ਡਾਇਲਿਸਿਸ ਦੀ, ਇਹ ਉਹਨਾਂ ਨੂੰ ਦੇਣੀ ਪਈ, ਇਹਦੇ ਵਿੱਚ ਪਿੱਛੇ ਕੀ ਰਾਜ਼ ਕੀ ਹੈਗਾ ਆ, ਇਹਦੇ ਬਾਰੇ ਜੇ ਤੁਹਾਨੂੰ ਕੁਝ ਪਤਾ ਹੈਗਾ ਤਾਂ। ਹਾਂਜੀ ਦੇਖੋ ਸਰ, ਗੱਲ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ 150 ਕਰੋੜ ਦੀ ਜਗ੍ਹਾ ਉਹ ਸੰਗਤ ਦੀ ਜਗ੍ਹਾ ਹੈਗੀ ਹੈ, ਗੁਰਦੁਆਰਾ ਕਮੇਟੀ ਦੀ ਜਗ੍ਹਾ ਹੈ। ਅੱਛਾ ਜੀ, ਠੀਕ ਹੈ ਜੀ,
ਉਹਦੇ ਉੱਤੇ ਕਾਰ ਸੇਵਾ ਦੇ ਬਾਬਾ ਹਰਬੰਸ ਸਿੰਘ ਜੀ ਜਿਹੜੇ ਮੌਜੂਦਾ ਕਾਰ ਸੇਵਾ ਦੇ ਮੁਖੀ ਹੈਗੇ ਨੇ, ਉਹਨਾਂ ਨੇ 3-3.5 ਕਰੋੜ ਰੁਪਏ ਹੋਰ ਖਰਚਿਆ ਹੈ। ਜਿੰਨੇ ਵੀ 100 ਬੈਡਸ ਦਿੱਤੇ ਗਏ ਨੇ ਡਾਇਲਿਸਿਸ ਸੈਂਟਰ ਦੇ ਅੰਦਰ, ਜਿੰਨੇ ਵੀ ਰੈਨੋਵੇਸ਼ਨ ਹੋਈ ਹੈ, ਜਿੰਨਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਇਆ ਉਹ ਕਾਰ ਸੇਵਾ ਦਾ ਡੇਰੇ ਵੱਲੋਂ ਹੋਈ ਹੈਗੀ ਹੈ, ਉਹ ਸੰਗਤ ਦੀ ਦਸਵੰਧ ਦਾ ਪੈਸਾ ਹੈਗਾ। ਤੇ ਯਾਨੀ ਕਿ 150 ਕਰੋੜ ਰੁਪਇਆ ਉਹ ਲਾ ਲਿਆ ਜਾਏ ਤੇ 3-3.5 ਕਰੋੜ ਰੁਪਇਆ ਇਹ ਲਾ ਲਿਆ ਜਾਏ, ਮੋਟਾ ਮੋਟਾ 155 ਕਰੋੜ ਦਿੱਲੀ ਦੀ ਸੰਗਤ ਦਾ ਪੈਸਾ ਲੱਗਿਆ ਉੱਥੇ। ਉਹਦੇ ਉੱਤੇ ਇੱਕ ਪ੍ਰਾਈਵੇਟ ਐਨਜੀਓ ਨੂੰ ਇਹ ਠੇਕੇ ਤੇ ਦੇ ਦਿੱਤੀ ਜਾਂਦੀ ਹੈ ਜਗ੍ਹਾ, ਜਿਹੜੀ ਕਿ ਪ੍ਰਾਈਵੇਟ ਐਨਜੀਓ ਕੀ ਕਰ ਰਹੀ ਹੈ, ਜਿਸ ਤਰ੍ਹਾਂ ਕਲੇਮ ਕੀਤਾ ਜਾ ਰਿਹਾ ਕੁਝ ਪੁਰਾਣੀ ਮਸ਼ੀਨਾਂ ਉੱਥੇ ਇੰਸਟਾਲ ਕੀਤੇ ਗਏ ਨੇ 40-50 ਮਸ਼ੀਨਾਂ, ਤੇ ਉਹ 40-50 ਮਸ਼ੀਨਾਂ ਦੀ ਜਿਹੜੀ ਕੋਸਟ ਹੈਗੀ ਹੈ ਅਪਰੋਕਸੀਮੇਟਲੀ 1.5-2 ਕਰੋੜ ਦੀ ਮਸ਼ੀਨਾਂ ਨੇ। ਯਾਨੀ ਕਿ ਪ੍ਰਾਈਵੇਟ ਐਨਜੀਓ ਉਸ ਡਾਇਲਿਸਿਸ ਸੈਂਟਰ ਨੂੰ ਚਲਾਉਣ ਦੇ ਲਈ ਮੋਟਾ ਮੋਟਾ 2 ਕਰੋੜ ਦੀ ਇਨਵੈਸਟਮੈਂਟ ਕਰ ਰਹੀ ਹੈ, ਤੇ ਦਿੱਲੀ ਦੀ ਸੰਗਤ ਦਾ ਦਸਵੰਧ 155 ਕਰੋੜ ਦਾ ਉੱਥੇ ਇਨਵੈਸਟ ਹੋਇਆ ਪਿਆ ਹੈ। ਤੇ ਗੁਰਦੁਆਰਾ ਕਮੇਟੀ ਨੇ ਚਲਾਉਣ ਦੇ ਲਈ ਇਹ ਇੱਕ ਪ੍ਰਾਈਵੇਟ ਐਨਜੀਓ ਨੂੰ ਦਿੱਤਾ ਹੈ। ਕਿਉਂ ਗੁਰਦੁਆਰਾ ਕਮੇਟੀ ਆਪਣੇ ਤੇ ਨਹੀਂ ਚਲਾ ਪਾ ਰਹੀ? ਕਿਉਂਕਿ ਮੈਂ ਪਹਿਲੇ ਵੀ ਕਹਿ ਚੁੱਕਿਆ, ਗੁਰਦੁਆਰਾ ਕਮੇਟੀ ਇੱਕ ਗੁਰਦੁਆਰਾ ਨਿਜ਼ਾਮ ਨੂੰ ਸਾਂਭਣ ਵਾਲੀ ਕਮੇਟੀ ਹੈ, ਉਹ ਮੈਡੀਕਲ ਓਪਰੇਸ਼ਨਸ ਜਾਂ ਮੈਡੀਕਲ ਸੈਂਟਰਸ ਨਹੀਂ ਚਲਾ ਸਕਦੀ। ਇਸ ਕਰਕੇ ਉਹਨਾਂ ਨੇ ਪ੍ਰਾਈਵੇਟ ਐਨਜੀਓ ਨੂੰ ਦਿੱਤਾ ਹੈਗਾ। ਜੇ ਛੋਟਾ ਜਿਹਾ ਪ੍ਰਾਈਵੇਟ ਇੱਕ ਡਾਇਲਿਸਿਸ ਸੈਂਟਰ ਨਹੀਂ ਚਲਾ ਪਾ ਰਹੀ, ਤੇ ਸੋਚੋ 550 ਬੈਡਸ ਦਾ ਹਸਪੀਟਲ ਕਾ ਮੈਡੀਕਲ ਕਾਲਜ ਗੁਰਦੁਆਰਾ ਕਮੇਟੀ ਕਿਵੇਂ ਚਲਾ ਸਕਦੀ ਆਪਣੇ ਦਮ ਦੇ ਉੱਤੇ? ਤੇ ਪਰ ਇਹਦਾ ਇਹਦਾ ਜਿਹੜਾ ਹੈਗਾ, ਸੰਗਤ ਜਿਹੜੀ ਹੈਗੀ ਹੈ, ਜੋ ਸੰਗਤ ਆਪਣਾ ਤਿਲ ਫੁੱਲ ਜਾਂ ਦਸਵੰਧ ਦੇ ਰਹੀ ਹੈ, ਫਿਰ ਉਹਨਾਂ ਦਾ ਦਸਵੰਧ ਜਿਹੜਾ ਹੈਗਾ ਫਿਰ ਕਿੱਥੇ ਜਾ ਰਿਹਾ ਹੈਗਾ? ਜੇ ਦਿੱਲੀ ਕਮੇਟੀ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ, ਚੁਣ ਕੇ ਲਿਆਂਦਾ ਹੋਇਆ ਆ, ਤੇ ਦਿੱਲੀ ਕਮੇਟੀ ਦੇ ਕੋਲੋਂ ਸੰਗਤ ਨੇ ਜਿਹੜਾ ਹੈਗਾ ਕੋਈ ਹਿਸਾਬ ਜਿਹੜਾ ਹੈਗਾ ਨਹੀਂ ਮੰਗਿਆ ਹੈਗਾ ਕਿ ਇਹਦੇ ਤੇ ਜਿਹੜਾ ਪੈਸਾ ਖਰਚ ਹੋ ਰਿਹਾ ਹੋਸਪਿਟਲ ਦਾ, ਇਹ ਗੁਰਦੁਆਰਾ ਜਿਹੜਾ ਹੈਗਾ ਸੀ, ਜਿਹੜੀ ਕਮੇਟੀ ਬਣੀ ਹੋਈ ਹੈ, ਇਹ ਉਹਨਾਂ ਦਾ ਲੱਗਣਾ ਚਾਹੀਦਾ ਸੀ ਸਾਰੇ ਦਾ ਸਾਰਾ ਹੀ, ਤੇ ਇਹਨੂੰ ਪ੍ਰਾਈਵੇਟ ਜਿਹੜਾ ਹੈਗਾ ਇਹਨੂੰ ਕਰਨਾ ਹੀ ਨਹੀਂ ਸੀ ਚਾਹੀਦਾ, ਕਿਉਂਕਿ ਜਦ ਬਿਲਡਿੰਗ ਹੈ, ਜਿਹੜੀ ਜ਼ਮੀਨ ਹੈ, ਬਿਲਡਿੰਗ ਹੈ, ਉਹ ਸਾਰੀ ਦੀ ਸਾਰੀ ਇਹਨਾਂ ਦੇ ਅੰਡਰ ਹੈ, ਤੇ ਫਿਰ ਜਿਹੜੀ ਐਨਜੀਓ ਨੂੰ ਕਿਉਂ ਦੇਣ ਦੇ ਵਿੱਚ ਨੌਬਤ ਆ ਗਈ ਜਿਹੜੀ ਹੈਗੀ? ਸਰ ਇਹ ਤੇ ਦੇਖੋ, ਇਸੇ ਕਰਕੇ ਤਰਵਿੰਦਰ ਸਿੰਘ ਮਾਰਵਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਵੀ 1-2 ਚੈਨਲ ਦੇ ਅੰਦਰ ਇੰਟਰਵਿਊ ਦਿੱਤੇ ਨੇ, ਤੇ ਅੱਜ ਤੁਹਾਡੇ ਚੈਨਲ ਦੇ ਰਾਹੀਂ ਵੀ ਮੈਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਅਪੀਲ ਕਰਦਾ, ਸਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹ ਦਿੱਲੀ ਦੇ ਸੰਗਤ ਦਾ ਹੱਕ ਹੈਗਾ, ਸਾਡਾ ਦਸਵੰਧ ਉੱਥੇ ਲੱਗਿਆ, ਸਾਨੂੰ ਪੂਰੀ ਡਿਟੇਲ ਦਿੱਤੀ ਜਾਏ ਕਿ ਤੁਹਾਡਾ ਪ੍ਰਾਈਵੇਟ ਬੋਡੀ ਦੇ ਨਾਲ ਕੀ ਕੋਲੈਬੋਰੇਸ਼ਨ ਹੋਇਆ, ਰਿਟਨ ਦੇ ਅੰਦਰ ਕੀ ਕੋਲੈਬੋਰੇਸ਼ਨ ਹੋਇਆ, ਉਹਦੀ ਸਾਰੀ ਦੀ ਸਾਰੀ ਡਿਟੇਲ ਸੰਗਤ ਨੂੰ ਦਿੱਤੀ ਜਾਏ, ਜਿਵੇਂ ਮਨਜਿੰਦਰ ਸਿਰਸਾ ਜੀ ਹਰ 2-2 ਘੰਟੇ ਦੇ ਬਾਅਦ ਸੋਸ਼ਲ ਮੀਡੀਆ ਤੇ ਆ ਕੇ, ਕੁਛ ਟੀਵੀ ਚੈਨਲ ਤੇ ਆ ਕੇ ਆਪਣੀ ਵੀਡੀਓ ਬਾਈਟਸ ਦਿੰਦੇ ਨੇ, ਆਪਣਾ ਇੰਟਰਵਿਊ ਦਿੰਦੇ ਨੇ, ਉਸੇ ਤਰੀਕੇ ਦੇ ਨਾਲ ਇਹ ਸਾਰੇ ਪੇਪਰ ਦੀ ਸਕੈਨ ਕਾਪੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਏ, ਐਗਰੀਮੈਂਟ ਸੰਗਤ ਨੂੰ ਦਿਖਾਇਆ ਜਾਏ ਐਗਰੀਮੈਂਟ ਕੀ ਹੋਇਆ ਹੈ। ਸਾਨੂੰ ਤਰਵਿੰਦਰ ਸਿੰਘ ਮਾਰਵਾ ਦੇ ਸੋਰਸਿਸ ਤੋਂ ਇਹ ਚੀਜ਼ ਪਤਾ ਚੱਲੀ ਹੈ ਕਿ ਇਹ ਬੇਸਿਕਲੀ ਸੈਂਟਰਲ ਗੌਰਮੈਂਟ ਦੀ ਸਕੀਮ ਹੈਗੀ ਹੈ। ਮੋਦੀ ਸਰਕਾਰ ਨੇ ਆਯੁਸ਼ ਮੰਤਰਾਲੇ ਨੂੰ 2000 ਕਰੋੜ ਰੁਪਏ ਦਿੱਤੇ ਹੈ ਡਾਇਲਿਸਿਸ ਦੇ ਓਪਰੇਸ਼ਨ ਦੇ ਲਈ, ਠੀਕ ਹੈ ਜੀ। ਯਾਨੀ ਕਿ ਕੋਈ ਵੀ ਪ੍ਰਾਈਵੇਟ ਐਨਜੀਓ, ਕੋਈ ਵੀ ਐਨਜੀਓ ਜਿਹੜਾ ਕਿ ਮੈਡੀਕਲ ਸੈਂਟਰ ਨੂੰ ਚਲਾਉਂਦੀ ਹੈ, ਓਪਰੇਟ ਕਰਦੀ ਹੈ, ਦਿੱਲੀ ਭਾਰਤ ਦੀ ਸਰਕਾਰ ਉਸ ਸੈਂਟਰ ਨੂੰ ਜਿਹੜੀ ਚਲਾ ਰਹੀ ਹੈ ਉਸ ਸੈਂਟਰ ਨੂੰ ਪਰਸਨ ਯਾਨੀ ਪਰ ਪੇਸ਼ੈਂਟ ਦੇ ਉੱਤੇ 1650 ਰੁਪਏ ਦੇਵੇਗੀ ਸਰਕਾਰ ਵੱਲੋਂ, ਸੈਂਟਰ ਦੀ ਸਰਕਾਰ ਵੱਲੋਂ ਮਿਲੇਗਾ। ਇਹਦਾ ਕੋਈ ਤੁਹਾਡੇ ਕੋਲ ਰਿਟਰਨ ਕੋਈ ਜਿਹੜਾ ਕੋਈ ਇਹਦਾ ਇਹਦੇ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਇਹਦੇ ਵਿੱਚ ਸੈਂਟਰ ਗੌਰਮੈਂਟ ਨੂੰ ਵੀ ਇਨਵੋਲਵ ਕੀਤਾ ਤੁਸੀਂ ਆਪਣੇ ਸ਼ਬਦਾਂ ਦੇ ਨਾਲ, ਇਹਦੇ ਵਿੱਚ ਜਿਹੜੇ ਹੈਗੀ ਹੈ ਕਿ ਤੁਹਾਡੇ ਕੋਈ ਇਹਦੀ ਕੋਈ ਰਿਟਰਨ ਹੈਗੀ ਹੈ ਕਿ ਸੈਂਟਰ ਗੌਰਮੈਂਟ ਵੀ ਜਿਹੜੀ ਹੈਗੀ ਆ ਇਹ ਬਾਲਾ ਜੀ ਹੋਸਪਿਟਲ ਦੇ ਨਾਲ ਇਹ ਜਿਹੜੀ ਹੈਗੀ ਹੈ ਸਟੈਂਡ ਕਰਦੀ ਹੈ ਕਿਤੇ? ਦੇਖੋ ਸਰ, ਇਸ ਤਰ੍ਹਾਂ ਹੈਗਾ, ਹਾਂ ਇਹੋ ਰਿਟਰਨ ਜਿਹੜੀ ਕੰਡੀਸ਼ਨ ਹੈਗੇ ਨੇ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਮੰਗ ਕਰ ਰਹੇ ਹਾਂ, ਠੀਕ ਹੈ। ਜਿਹੜਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਉਹ ਤਰਵਿੰਦਰ ਸਿੰਘ ਮਾਰਵਾ ਨੇ ਫੈਕਟਸ ਪਤਾ ਕੀਤੇ ਨੇ, ਇਨਫੋਰਮਲ ਫੈਕਟਸ ਉਹਨਾਂ ਦੀ ਇਨਫੋਰਮੇਸ਼ਨ ਤੋਂ ਪਤਾ ਕੀਤੇ ਗਏ ਨੇ, ਠੀਕ ਹੈ ਜੀ। ਇਹ ਜਿਹੜਾ ਡਿਸਕਸ਼ਨ ਹੋਇਆ ਡਾਇਲਿਸਿਸ ਸੈਂਟਰ ਨੂੰ ਓਪਨ ਕਰਨ ਦਾ, ਇਹ ਦਿੱਲੀ ਦੀ ਸੰਗਤ ਦੇ ਹੱਕ ਵਿੱਚ ਨਹੀਂ ਹੈ, ਨਾ ਹੀ ਗੁਰਦੁਆਰਾ ਕਮੇਟੀ ਦੇ ਜਿਹੜੇ ਮੈਂਬਰਸ ਹੈਗੇ ਨੇ ਉਹਦੇ ਹੱਕ ਵਿੱਚ ਹੈ, ਕਿਉਂਕਿ ਇਹਦੇ ਲਈ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ,
ਨਾ ਜਨਰਲ ਹਾਊਸ ਦੇ ਅੰਦਰ ਮਤਾ ਪਾਸ ਕੀਤਾ ਗਿਆ ਹੈ। ਐਗਜ਼ੀਕਿਊਟਿਵ ਬਾਡੀ ਦੇ ਅੰਦਰ 8 ਮੈਂਬਰ ਹੁੰਦੇ ਨੇ, 8 ਐਗਜ਼ੀਕਿਊਟਿਵ ਮੈਂਬਰ ਹੈਗੇ ਨੇ, ਉਹਦੇ ਵਿੱਚੋਂ 6 ਮੈਂਬਰਸ ਇਹਦੇ ਅਗੇਂਸਟ ਨੇ। ਐਗਜ਼ੀਕਿਊਟਿਵ ਕਮੇਟੀ ਦੀ ਵੀ ਮੈਂਬਰਸ਼ਿਪ ਦੇ ਅੰਦਰ ਡਿਸਕਸ਼ਨ ਨਹੀਂ ਹੋਏ, ਜੇ ਹੋਏ ਤੇ ਤੁਸੀਂ ਮਿਨਿਟਸ ਆਫ ਮੀਟਿੰਗ ਦਿਖਾ ਦਿਓ, ਦਿੱਲੀ ਦੀ ਸੰਗਤ ਨੂੰ ਦਿਖਾਓ ਤੇ ਸਹੀ ਨਾ। ਜਿਹੜੇ ਐਗਜ਼ੀਕਿਊਟਿਵ ਕਮੇਟੀ ਦੇ 8 ਦੇ 8 ਵਿੱਚੋਂ 6 ਮੈਂਬਰ ਕਹਿ ਰਹੇ ਨੇ ਸਾਡੇ ਨਾਲ ਕੋਈ ਡਿਸਕਸ਼ਨ ਹੀ ਨਹੀਂ ਹੋਈ, ਕੋਈ ਮਿਨਿਟਸ ਆਫ ਮੀਟਿੰਗ ਨਹੀਂ ਕੈਪਚਰ ਕੀਤੇ ਗਏ, ਐਗਜ਼ੀਕਿਊਟਿਵ ਬਾਡੀ ਦੀ ਮੀਟਿੰਗ ਹੀ ਨਹੀਂ ਹੋਈ ਹੈਗੀ। ਹੁਣ ਉਹ ਕੋਰਟ ਜਾ ਰਹੇ ਨੇ, ਉਹ ਦਿੱਲੀ ਐਗਜ਼ੀਕਿਊਟਿਵ ਕਮੇਟੀ ਦੇ ਜਿਹੜੇ 6 ਮੈਂਬਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਡਿਸਕਸ਼ਨ ਨਹੀਂ ਹੋਈ, ਉਹ ਹਾਈ ਕੋਰਟ ਦਾ ਰੁਖ ਅਪਣਾ ਰਹੇ ਨੇ ਤਾਂ ਕਿ ਦਿੱਲੀ ਗੁਰਦੁਆਰਾ ਕਮੇਟੀ ਤੋਂ ਇਸਦੀ ਡਿਟੇਲ ਲਈ ਜਾਏ ਤੁਸੀਂ ਕਿਹਦੇ ਕਿਹੜੇ ਤੇ ਡਾਇਲਿਸਿਸ ਸੈਂਟਰ ਓਪਨ ਕੀਤਾ ਗਿਆ। ਜੇ ਡਾਇਲਿਸਿਸ ਸੈਂਟਰ ਤੁਸੀਂ ਪ੍ਰਾਈਵੇਟ ਐਨਜੀਓ ਨੂੰ ਦੇ ਤਾ, ਕਿੰਨੇ ਸਾਲ ਦੇ ਠੇਕੇ ਦੇ ਦਿੱਤਾ, 10 ਸਾਲ ਦਾ ਠੇਕਾ ਹੈ, 20 ਸਾਲ ਦਾ ਠੇਕਾ ਹੈ, ਉਹਦੇ ਪਿੱਛੇ ਕੀ ਕਾੜੀ ਹੈਗੀ ਹੈ, ਕੀ ਉਹਦੇ ਪਿੱਛੇ ਇੱਕ ਬਿਜ਼ਨਸ ਜਿਹੜਾ ਮਾਈਂਡ ਅਪਲਾਈ ਕੀਤਾ ਗਿਆ ਹੈਗਾ। ਦੂਜੀ ਗੱਲ, ਮੈਂ ਜਿਸ ਤਰ੍ਹਾਂ ਪਹਿਲੇ ਕਿਹਾ, ਸਰਕਾਰ ਪਰ ਪੇਸ਼ੈਂਟ ਨੂੰ 1650 ਰੁਪਏ ਦੇਵੇਗੀ ਉਸ ਪ੍ਰਾਈਵੇਟ ਐਨਜੀਓ ਨੂੰ, ਤੇ ਜਮ ਸਾਨੂੰ ਮਿਲੀ ਜਾਣਕਾਰੀ ਦੇ ਹਿਸਾਬ ਨਾਲ ਜਿਹੜਾ ਉਹ ਪ੍ਰਾਈਵੇਟ ਐਨਜੀਓ ਹੈਗਾ 1650 ਵਿੱਚੋਂ 1150 ਰੁਪਏ ਆਪਣੇ ਖਾਤੇ ਅੰਦਰ ਲੈ ਕੇ ਜਾਏਗਾ, ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ 500 ਰੁਪਇਆ ਮਿਲੇਗਾ ਪਰ ਪੇਸ਼ੈਂਟ। ਜਦਕਿ ਬਿਗਰ ਕੁਆਂਟਮ ਆਫ ਇਨਵੈਸਟਮੈਂਟ ਜਿਹੜੀ ਹੈਗੀ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਗਈ ਹੈ 155 ਕਰੋੜ ਦੀ, ਤੇ ਜਿਹੜੀ ਪ੍ਰਾਈਵੇਟ ਐਨਜੀਓ ਦੀ ਇਨਵੈਸਟਮੈਂਟ ਹੈਗੀ ਸਿਰਫ 2 ਕਰੋੜ ਦੀ ਇਨਵੈਸਟਮੈਂਟ ਹੈ। ਜਿਹੜੀ ਪਾਰਟੀ 2 ਕਰੋੜ ਦੀ ਇਨਵੈਸਟਮੈਂਟ ਕਰ ਰਹੀ ਹੈ ਉਹ ਪਰ ਪੇਸ਼ੈਂਟ ਦੇ ਉੱਤੇ 1150 ਕਰੋੜ ਲੈ ਕੇ ਜਾ ਰਹੀ ਹੈ, 1150 ਰੁਪਏ ਲੈ ਕੇ ਜਾ ਰਹੀ ਹੈ, ਤੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ 155 ਕਰੋੜ ਦਾ ਇਨਵੈਸਟਮੈਂਟ ਕਰ ਰਹੀ ਹੈ ਉਹ ਸਿਰਫ ਸਿਰਫ ਤੇ ਸਿਰਫ 500 ਰੁਪਏ ਲੈ ਰਹੀ ਹੈ। ਬੜੀ ਹਾਸੋਹੀਣੀ ਜਿਹੜੀ ਗੱਲ ਹੈਗੀ ਹੈ ਇਹ, ਜਿਹੜਾ ਇਹ ਮੈਂ ਕਹਾਂਗਾ ਜਿਹੜੀ ਦੁਕਾਨਦਾਰੀ ਕੀਤੀ ਜਾ ਰਹੀ ਹੈ, ਇਹ ਜਿਹੜਾ ਸਿਸਟਮ ਚਲਾਇਆ ਜਾ ਰਿਹਾ ਹੈ ਇਹ ਆਪਣੇ ਆਪ ਦੇ ਅੰਦਰ ਬਹੁਤ ਹੀ ਗੁੰਝਲਦਾਰ ਸਿਸਟਮ ਹੈਗਾ, ਇਹ ਸਾਨੂੰ ਹਜ਼ਮ ਨਹੀਂ ਹੋ ਰਿਹਾ ਇਹਦੇ ਪਿੱਛੇ ਕੀ ਕਹਾਣੀ ਹੈ। ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਮੰਗ ਕਰਦਾ, ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ, ਤੁਸੀਂ ਆਪਣੇ ਇਲਾਕੇ ਦੇ ਜਿੰਨੇ 46 ਦੇ 46 ਵਾਰਡਸ ਹੈਗੇ ਨੇ ਆਪਣੇ ਸਾਰੇ ਦੇ ਸਾਰੇ ਮੈਂਬਰਾਂ ਤੋਂ ਮੰਗ ਕਰੋ ਕਿ ਇਹਦੇ ਸਾਰੇ ਕੰਟਰੈਕਟਸ ਦੇ ਪੇਪਰ ਸਾਨੂੰ ਦਿਖਾਏ ਜਾਣ। ਨਹੀਂ ਤੁਸੀਂ ਗੁਰਦੁਆਰਾ ਕਮੇਟੀ ਤੁਸੀਂ ਕੀ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਤੁਸੀਂ ਕੀ ਸੁਪ੍ਰੀਤ ਜੀ ਕੀ ਸੋਚਦੇ ਜੇ ਕਿ ਕਿਹਨਾਂ ਬੰਦਿਆਂ ਨੇ ਇਹ ਕੀ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਕੀਤਾ, ਜੇ ਮਤਲਬ ਕਿ ਪੂਰੀ ਕਮੇਟੀ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਡੀਆਂ ਗੱਲਾਂ ਤੋਂ ਮੈਨੂੰ ਪਤਾ ਲੱਗ ਰਿਹਾ ਕਿ ਕੁਛ ਕੁ ਬੰਦੇ ਕਹਿੰਦੇ ਕਿ ਜੇ ਸਾਨੂੰ ਇਹਨਾਂ ਇਸ ਚੀਜ਼ ਦੇ ਵਿੱਚ ਇਨਵੋਲਵ ਹੀ ਨਹੀਂ ਕੀਤਾ ਹੈਗਾ, ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਆ, ਹੁਣ ਉਹ ਜਿਹੜਾ ਹੈਗਾ ਆ ਕੀ ਕਹਿੰਦੇ ਨੇ ਕੋਰਟ ਦਾ ਜਿਹੜਾ ਰੁੱਖ ਜਿਹੜਾ ਉਹਨਾਂ ਨੇ ਜਿਹੜਾ ਮੋੜ ਮੋੜਿਆ ਕਿ ਅਸੀਂ ਕੋਰਟ 'ਚ ਜਾ ਕੇ ਇਹਦਾ ਫੈਸਲਾ ਕਰਾਵਾਂਗੇ ਜਾਂ ਜਾਣਕਾਰੀ ਜਿਹੜੀ ਲਾਂਗੇ, ਫਿਰ ਮਤਲਬ ਕਿ ਕਿਹਨਾਂ ਲੋਕਾਂ ਨੇ ਜਿਹੜਾ ਹੈਗਾ ਆ ਇਹ ਸਾਰਾ ਕੁਛ ਜਿਹੜਾ ਹੈਗਾ ਆ ਕੀਤਾ। ਦੇਖੋ ਜੀ, ਇਸ ਵੇਲੇ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਰੀ ਦੇ ਸਾਰੀ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਚੱਲ ਰਹੀ ਹੈ। ਠੀਕ ਹੈ ਜੀ, ਇਹਦੇ ਵਿੱਚ ਕਿੰਨੇ ਮੈਂਬਰ ਕਿੰਨੇ ਨੇ ਤੇ ਕਿੰਨੇ ਜਿਹੜੇ ਹੈਗੇ ਨੇ ਅਹੁਦੇਦਾਰ ਕਿੰਨੇ ਨੇ, ਟੋਟਲ ਜਿਹੜੀ ਹੈਗੀ ਆ ਇਹ ਬੋਡੀ ਕਿੰਨੇ ਮੈਂਬਰਾਂ ਦੀ ਬੋਡੀ ਜਿਹੜੀ ਹੈਗੀ ਹੈ? ਸਰ, ਦਿੱਲੀ ਗੁਰਦੁਆਰਾ ਕਮੇਟੀ 46 ਮੈਂਬਰਾਂ ਦੀ ਬੋਡੀ ਹੈਗੀ ਹੈ। ਹਾਂ ਹਾਂ, 46 ਮੈਂਬਰਾਂ ਵਿੱਚੋਂ ਇੱਕ ਪ੍ਰਧਾਨ ਹੁੰਦਾ ਹੈਗਾ, ਇੱਕ ਜਨਰਲ ਸਕੱਤਰ ਹੁੰਦਾ ਹੈਗਾ, ਹਾਂਜੀ, ਬਾਕੀ ਜਿਹੜੇ 44 ਵੱਖਰੇ ਮੈਂਬਰ ਹੁੰਦੇ ਨੇ, ਇਹਨਾਂ 46 ਮੈਂਬਰਾਂ ਦੇ ਵਿੱਚੋਂ 8 ਮੈਂਬਰਾਂ ਦੀ ਐਗਜ਼ੀਕਿਊਟਿਵ ਦੀ ਬਾਡੀ ਬਣਦੀ ਹੈਗੀ ਹੈ, ਜਿਹੜੇ ਕਿ ਮੇਜਰ ਫੈਸਲੇ ਲੈਂਦੀ ਹੈਗੀ ਹੈ। ਠੀਕ ਹੈ ਜੀ, ਐਗਜ਼ੀਕਿਊਟਿਵ ਦੀ ਮੀਟਿੰਗ ਤੋਂ ਪਹਿਲਾਂ ਇਹ ਮੁੱਦਾ ਜਨਰਲ ਹਾਊਸ ਦੇ ਅੰਦਰ ਪਾਸ ਹੋਣਾ ਚਾਹੀਦਾ ਸੀ ਕਿ ਅਸੀਂ ਡਾਇਲਿਸਿਸ ਸੈਂਟਰ ਪ੍ਰਾਈਵੇਟ ਐਨਜੀਓ ਦੇ ਨਾਲ ਕੋਲੈਬੋਰੇਟ ਕਰਕੇ ਬਣਾ ਰਹੇ ਹਾਂ, ਕਿਉਂਕਿ ਇਹਨਾਂ ਨੇ ਪਹਿਲੇ ਪੁਰਾਣੀ ਜਿਹੜੀ ਕਮੇਟੀ ਹੈਗੀ ਹੈ ਉਹਦਾ ਪ੍ਰਾਈਵੇਟ ਐਨਜੀਓ ਦੇ ਨਾਲ ਪ੍ਰਾਈਵੇਟ ਬਾਡੀ ਦੇ ਨਾਲ ਕੋਲੈਬੋਰੇਸ਼ਨ ਨੂੰ ਕੈਂਸਲ ਕਰਾਇਆ ਸੀ ਕੋਰਟ ਜਾ ਕੇ, ਭਾਵੇਂ ਉਹ ਮਨੀਪਾਲ ਗਰੁੱਪ ਸੀ ਭਾਵੇਂ ਬੀਐਲ ਕਪੂਰ ਸੀ। ਅੱਛਾ ਜੀ, ਹੁਣ ਤੁਸੀਂ ਵੀ ਉਹੀ ਉਹ ਚੀਜ਼ ਕਰਨ ਜਾ ਰਹੇ ਹੋ, ਤੁਸੀਂ ਕਿਉਂ ਕਰਨ ਜਾ ਰਹੇ ਹੋ, ਕਿਹਦੇ ਨਾਲ ਤੁਸੀਂ ਪਰਮਿਸ਼ਨ ਕੀਤੀ, ਕੋਈ ਤੁਸੀਂ ਜਨਰਲ ਹਾਊਸ ਬੁਲਾਇਆ 46 ਦੇ 46 ਮੈਂਬਰਾਂ ਦਾ, ਤੁਸੀਂ ਉੱਥੇ ਮੁੱਦਾ ਚੁੱਕਿਆ, ਤੁਸੀਂ ਮਤਾ ਪਾਸ ਕਰਾਇਆ ਨਹੀਂ ਕਰਾਇਆ? ਉਸ ਤੋਂ ਬਾਅਦ ਐਗਜ਼ੀਕਿਊਟਿਵ ਕਮੇਟੀ ਜਿਹੜੀ ਮੇਜਰ ਫੈਸਲੇ ਲੈਂਦੀ ਹੈ ਉਹ 8 ਮੈਂਬਰੀ ਕਮੇਟੀ ਹੁੰਦੀ ਹੈਗੀ ਹੈ, ਜਿਹਦੇ ਅੰਦਰ 8 ਦੇ 8 ਮੈਂਬਰ ਰੂਲਿੰਗ ਪਾਰਟੀ ਦੇ ਹੁੰਦੇ ਹੈਗੇ, ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗੀ ਹੈ ਉਹਨੂੰ ਪ੍ਰਿਸਾਈਡ ਕਰਦਾ ਹੈਗਾ ਪ੍ਰੈਜ਼ੀਡੈਂਟ।
ਐਗਜੀਕਿਊਟਿਵ ਕਮੇਟੀ ਦਾ ਕੋਈ ਵੀ ਕੋਈ ਮਿਨਟਸ ਤੋਂ ਮੀਟਿੰਗ ਨਹੀਂ ਹੈਗੀ, ਕੋਈ ਮੀਟਿੰਗ ਨਹੀਂ ਬੁਲਾਏਗੀ, ਜਿਹਦੇ ਵਿੱਚੋਂ 8 ਮੈਂਬਰ ਵਿੱਚੋਂ 6 ਮੈਂਬਰ ਕਹਿ ਰਹੇ ਨੇ ਸਾਡੇ ਨਾਲ ਡਿਸਕਸ਼ਨ ਹੀ ਨਹੀਂ ਹੋਈ ਹੈ, ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਤੇ ਹਾਈ ਕੋਰਟ ਨੂੰ ਡਾਇਰੈਕਸ਼ਨ ਦੇਵਾਂਗੇ ਕਿ ਸਾਨੂੰ ਇਹ ਸਾਰੇ ਪੇਪਰਸ ਕਢਵਾ ਕੇ ਦਿੱਤੇ ਜਾਣ ਦਿੱਲੀ ਕਮੇਟੀ ਤੋਂ। ਕਿਉਂਕਿ ਠੀਕ ਹੈ ਕਾਫੀ ਜੀ, ਜਿਹੜੇ ਇਹ ਜਿਹੜੇ ਸਾਰੀ ਗੱਲ ਹੈਗੀ ਹੈ। ਕਾਫੀ ਜਿਹੜੇ ਐਲੀਗੇਸ਼ਨ ਜਿਹੜੇ ਹੈਗੇ ਨੇ ਦਿੱਲੀ ਕਮੇਟੀ ਦੇ ਉੱਤੇ ਲੱਗ ਰਹੇ ਨੇ ਕਿ ਜੀ ਜਿਹੜੇ ਸਕੂਲ ਨੇ ਉਹਨਾਂ ਦੀਆਂ ਟੀਚਰਾਂ ਦੀਆਂ ਫੀਸਾਂ ਵੀ ਨਹੀਂ ਦਿੱਤੀਆਂ ਗਈਆਂ ਹੈਗੀਆਂ। ਤੁਸੀਂ ਵੀ ਇੱਕ ਜਿਹੜੀ ਹੈਗੀ ਹੈ ਸਾਂਝੇ ਪੰਜਾਬ ਵੱਲੋਂ ਕੀ ਕਹਿੰਦੇ ਨੇ ਸਰਨਾ ਬ੍ਰਦਰ ਦੇ ਨਾਲ ਇੰਟਰਵਿਊ ਵੀ ਕੀਤੀ, ਸਰਨਾ ਸਾਹਿਬ ਨਾਲ ਵੀ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਛੱਡਿਆ ਸੀ ਆਪਣਾ ਸਾਰਾ ਕੁਝ, ਅਸੀਂ 125 ਕਰੋੜ ਰੁਪਈਆ ਉੱਥੇ ਮੌਜੂਦਾ ਜਿਹੜਾ ਹੈਗਾ ਦੇ ਕੇ ਗਏ ਸੀ, ਫਿਰ ਉਹ 125 ਕਰੋੜ ਕਿੱਥੇ ਗਿਆ? ਜੇ ਟੀਚਰ ਰੋ ਰਹੇ ਨੇ, ਆਪਣੀ ਤਨਖਾਹ ਨੂੰ ਲੈਣ ਵਾਸਤੇ ਰੋ ਰਹੇ ਨੇ, ਉਹ ਹੁਣ ਵੀ ਮੈਨੂੰ ਪਤਾ ਲੱਗਾ ਕਿ ਉਹ ਜਿਹੜੇ ਹੈਗੇ ਆ ਸਿਰਸਾ ਸਾਹਿਬ ਦੇ ਕੋਠੀ ਦੇ ਅੱਗੇ ਜਾ ਕੇ ਉਹਨਾਂ ਨੂੰ ਕੀ ਕਹਿੰਦੇ ਨੇ ਦੇਣ ਜਾ ਰਹੇ ਨੇ ਕੁਛ, ਮੇਰੇ ਖਿਆਲ ਨਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਲੱਗੇ ਹੋਏ ਨੇ। ਮਤਲਬ ਕਿ ਇਹ ਜਿਹੜਾ ਹੈਗਾ, ਫਿਰ ਉਹ 125 ਕਰੋੜ ਕਿੱਥੇ ਗਿਆ ਜਦ ਜੇ ਉਹ ਰੋ ਰਹੇ ਨੇ? ਤੇ ਦੇਖੋ ਜੀ, ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਸਵਾਲ ਪਿਛਲੇ 8 ਸਾਲ ਤੋਂ ਜਿਹੜੀ ਦਿੱਲੀ ਦੀ ਸੰਗਤ ਹੈਗੀ ਉਹ ਮੰਗ ਰਹੀ ਹੈ। ਜਿਹੜੀ ਪੁਰਾਣੀ ਕਮੇਟੀ ਹੈ, ਸਾਬਕਾ ਕਮੇਟੀ ਹੈ ਸਰਨਾ ਸਾਹਿਬ ਦੀ, ਉਹ ਇਸ ਚੀਜ਼ ਨੂੰ ਕਲੇਮ ਕਰਦੇ ਹੈ ਕਿ ਅਸੀਂ ਮੋਟਾ ਮੋਟਾ 125 ਕਰੋੜ ਰੁਪਏ ਛੱਡ ਕੇ ਗਏ ਸੀ। 125 ਕਰੋੜ ਤੱਕ ਜਿਹੜਾ ਕੈਸ਼ ਹੈਗਾ ਸੀ ਡਿਫਰੈਂਟ ਅਕਾਊਂਟਸ ਦੇ ਅੰਦਰ ਹੈਗਾ ਸੀ। ਉਹ ਤੇ ਇਸ ਵੇਲੇ ਜਿਹੜੀ ਮੌਜੂਦਾ ਕਮੇਟੀ ਹੈ ਮਨਜਿੰਦਰ ਸਿੰਘ ਸਿਰਸਾ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਾਰੇ ਸੰਗਤ ਨੂੰ ਦੱਸਣ ਕਿ ਸਾਨੂੰ 125 ਕਰੋੜ ਰੁਪਇਆ ਮਿਲਿਆ ਸੀ, ਉਸ ਅਸੀਂ ਕਿੱਥੇ ਖਰਚ ਕੀਤਾ ਹੈਗਾ। ਉਹਦਾ ਹਿਸਾਬ ਅੱਜ ਤੱਕ ਨਹੀਂ ਦਿੱਤਾ ਸਰਸਾ ਸਾਹਿਬ ਨੇ। ਅਪਾਰਟ ਫਰੋਮ ਦਿਸ, ਸਿਰਸਾ ਸਾਹਿਬ ਵੱਲੋਂ ਇਹ ਕਲੇਮ ਕੀਤਾ ਗਿਆ ਕਿ ਸਾਨੂੰ ਕੋਰੋਨਾ ਟਾਈਮ ਦੇ ਉੱਤੇ ਜਿਹੜਾ ਅਸੀਂ ਡੇਲੀ ਬੰਗਲਾ ਸਾਹਿਬ ਗੁਰਦੁਆਰੇ ਦੀ ਸਟੇਜਾਂ ਤੋਂ ਖੜੇ ਹੋ ਕੇ ਸੰਗਤ ਤੋਂ ਪੈਸੇ ਇਕੱਠੇ ਕਰਦੇ ਸੀ ਕਿ ਸਾਨੂੰ ਲੰਗਰ ਚਲਾਉਣ ਵਾਸਤੇ, ਲੰਗਰ ਸੇਵਾ ਵਾਸਤੇ ਪੈਸਾ ਚਾਹੀਦਾ ਹੈ, ਉਹ 35-40 ਕਰੋੜ ਰੁਪਇਆ ਲੰਗਰ ਦਾ ਇਕੱਠਾ ਕੀਤਾ ਗਿਆ, ਉਹ ਪੈਸਾ ਕਿੱਥੇ ਗਿਆ? ਦੂਜੀ ਗੱਲ, 2019 ਦੇ ਅੰਦਰ ਜਿਹੜਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਨਨਕਾਣਾ ਸਾਹਿਬ ਨਗਰ ਕੀਰਤਨ ਲੈ ਕੇ ਜਾਣਾ ਸੀ, ਉਹ ਨਗਰ ਕੀਰਤਨ ਦੇ ਨਾਂ ਦੇ ਉੱਤੇ ਇਹਨਾਂ ਨੇ ਪੈਸਾ ਇਕੱਠਾ ਕੀਤਾ, ਸੋਨਾ ਇਕੱਠਾ ਕੀਤਾ, ਤੇ ਸ਼ਾਇਦ ਦਲੇਰ ਮਹਿੰਦੀ ਜੀ ਨੇ ਕੋਈ ਸੋਨੇ ਦਾ ਚੋਰ ਸਾਹਿਬ ਵੀ ਉਹ ਉੱਥੇ ਭੇਟ ਕੀਤਾ ਸੀ, ਜਿਹਦੇ ਵਿੱਚੋਂ ਸ਼ਾਇਦ 5-6 ਕਰੋੜ ਰੁਪਇਆ ਦੇ ਕਰੀਬ ਦਾ ਇਸ ਤਰ੍ਹਾਂ ਕਲੇਮ ਕੀਤਾ ਜਾਂਦਾ ਦਿੱਲੀ ਕਮੇਟੀ ਵੱਲੋਂ ਕਿ ਉਹ ਪੈਸਾ ਵੀ ਦਿੱਲੀ ਕਮੇਟੀ ਦੇ ਕਸਟਡੀ ਅੰਦਰ ਹੈਗਾ, ਜਿਹਦੇ ਉੱਤੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਰਣਜੀਤ ਸਿੰਘ ਜੀ, ਸੋਰੀ ਉਹਨਾਂ ਦਾ ਮੈਂ ਨਾਂ ਸ਼ਾਇਦ ਗਲਤ ਲੈ ਲਿਆ, ਜਿਹੜੇ ਮੌਜੂਦਾ ਜਥੇਦਾਰ ਸਾਹਿਬ ਹੈਗੇ ਨੇ, ਉਹਨਾਂ ਨੇ ਵੀ ਇਹਨਾਂ ਨੂੰ ਡਾਇਰੈਕਸ਼ਨ, ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਡਾਇਰੈਕਸ਼ਨ ਦਿੱਤੀ ਹੈ ਗੁਰਦੁਆਰਾ ਕਮੇਟੀ ਨੂੰ ਕਿ ਤੁਸੀਂ ਜਨਤਕ ਤੌਰ ਤੇ ਇਹ ਡਿਕਲੇਅਰ ਕਰੋ ਕਿ ਤੁਹਾਨੂੰ ਜਿਹੜਾ ਨਗਰ ਕੀਰਤਨ ਕੈਂਸਲ ਹੋਇਆ ਸੀ 2019 ਦਾ, ਤੁਹਾਨੂੰ ਕਿੰਨਾ ਪੈਸਾ ਮਿਲਿਆ। ਵੱਡੇ ਵੱਡੇ ਫਲੈਕਸ ਬੋਰਡ ਦੇ ਉੱਤੇ ਜਾ ਕੇ ਤੁਸੀਂ ਸਾਰੀ ਡਿਟੇਲ ਸੰਗਤ ਨੂੰ ਦਿਓ, ਪਰ ਅੱਜ ਤੱਕ ਉਹ ਡਿਟੇਲ ਨਹੀਂ ਮਿਲੀ। 125 ਕਰੋੜ ਪੁਰਾਣੀ ਕਮੇਟੀ ਛੱਡ ਕੇ ਗਈ, 35-40 ਕਰੋੜ ਰੁਪਏ ਕੋਰੋਨਾ ਦੇ ਟਾਈਮ ਤੇ ਲੰਗਰ ਦਾ ਇਕੱਠਾ ਕੀਤਾ ਗਿਆ, ਕੁਛ ਜਿਹੜਾ ਲੰਗਰ ਦੀ ਰਸਦ ਇਕੱਠੀ ਹੋ ਗਈ ਸੀ ਉਹ ਲੰਗਰ ਦੀ ਰਸਦ ਨੂੰ ਪ੍ਰਾਈਵੇਟ ਮਾਰਕੀਟ ਅੰਦਰ ਵੀ ਵੇਚਿਆ ਗਿਆ, ਠੀਕ ਹੈ ਜੀ। ਉਸ ਤੋਂ ਇਲਾਵਾ 5-6 ਕਰੋੜ ਰੁਪਇਆ 2019 ਦਾ ਜਿਹੜਾ ਨਗਰ ਕੀਰਤਨ ਕੈਂਸਲ ਹੋਇਆ ਸੀ, ਉਹ ਨਗਰ ਕੀਰਤਨ ਦਾ ਪੈਸਾ ਵੀ ਦਿੱਲੀ ਕਮੇਟੀ ਦੇ ਕੋਲ ਹੈ। ਇਹ ਜੇ ਮੈਂ ਪੈਸਾ ਇੰਕਲੂਡ ਕਰਦਾ ਤਾਂ ਮੋਟਾ ਮੋਟਾ ਜਿਹੜੀ ਫਿਗਰ ਹੈਗੀ ਹੈ 150-160 ਕਰੋੜ ਦੀ ਹੈਗੀ ਹੈ, ਜਿਹੜਾ ਦਿੱਲੀ ਕਮੇਟੀ ਕੋਲ ਹੋਣਾ ਚਾਹੀਦਾ ਸੀ, ਉਹ ਕਿੱਥੇ ਹੈ ਪੈਸਾ? ਪਿਛਲੇ 8 ਸਾਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਗੁਰਦੁਆਰਾ ਨਿਜ਼ਾਮ ਨੂੰ ਚਲਾ ਰਹੀ ਹੈ, ਠੀਕ ਹੈ ਜੀ, ਜਿਹੜੀ ਕਿ ਬੱਚਿਆਂ ਤੋਂ ਫੀਸ ਲਈ ਜਾ ਰਹੀ ਹੈ, ਉਹ ਸੈਵਨਥ ਪੇ ਕਮਿਸ਼ਨ ਦੇ ਹਿਸਾਬ ਨਾਲ ਫੀਸ ਲਈ ਜਾ ਰਹੀ ਹੈ ਬੱਚਿਆਂ ਦੇ ਪੇਰੈਂਟਸ ਤੋਂ, ਤੇ ਜੋ ਗੁਰਦੁਆਰਾ ਕਮੇਟੀ ਦੇ ਸਟਾਫ ਹੈ ਤੇ ਟੀਚਰਸ ਹੈਗੇ ਨੇ ਉਹਨਾਂ ਨੂੰ ਫਿਫਥ ਪੇ ਕਮਿਸ਼ਨ ਦੀ ਸੈਲਰੀ ਦਿੱਤੀ ਜਾ ਰਹੀ ਹੈ, ਉਹ ਵੀ ਪੂਰੀ ਸੈਲਰੀ ਨਹੀਂ ਦਿੱਤੀ ਜਾ ਰਹੀ, ਜਿਸ ਤਰ੍ਹਾਂ ਟੀਚਰ ਤੋਂ ਪਤਾ ਚੱਲਿਆ ਉਹਨਾਂ ਨੂੰ ਸਿਰਫ 49% ਦੀ ਸੈਲਰੀ ਮਿਲ ਰਹੀ ਹੈ। ਟੀਚਰਸ ਕਲੇਮ ਕਰਦੀਆਂ ਨੇ ਕਿ ਸਾਨੂੰ ਸੈਲਰੀ ਵੀ ਪੂਰੀ 49% ਮਿਲ ਰਹੀ ਹੈ, ਪੂਰੀ ਨਹੀਂ ਮਿਲ ਰਹੀ, ਸਾਨੂੰ ਪ੍ਰੋਵੀਡੈਂਟ ਫੰਡ ਵੀ 1 ਸਾਲ ਤੋਂ ਨਹੀਂ ਮਿਲ ਰਿਹਾ, ਜਿਹੜੀ ਟੀਚਰ ਰਿਟਾਇਰਡ ਹੋ ਗਈਆਂ ਨੇ ਚੀਟੇ ਸੀ, ਰਿਟਾਇਰਮੈਂਟ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ, ਤੇ ਪਿਛਲੇ 10-15 ਸਾਲ ਤੋਂ ਜਿਹੜਾ ਸਾਡਾ ਏਰੀਅਰ ਬਣਦਾ ਹੈ 6th ਪੇ ਕਮਿਸ਼ਨ ਦਾ, 7th ਪੇ ਕਮਿਸ਼ਨ ਦਾ, ਉਹ ਏਰੀਅਰ ਵੀ ਘੱਟ ਤੋਂ ਘੱਟ ਨਹੀਂ ਤੇ
350 करोड़ रुपए का पेंडिंग है, ड्यू है, वह भी नहीं दिता जा रहा। ਫਿਰ ਇਹ ਕਿੱਥੇ ਫਿਰ ਪੈਸਾ ਪੈਸਾ ਫਿਰ ਕਿੱਥੇ ਜਾ ਕਿੱਥੇ ਰਿਹਾ? ਗੁਰੂ ਦੀ ਜਿਹੜੀ ਗੋਲਕ ਹੈਗੀ ਆ ਫਿਰ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਫਿਰ ਇਹ ਕਿੱਥੇ ਜਾ ਕਿੱਥੇ ਰਿਹਾ ਪੈਸਾ? ਕਦੀ ਸੰਗਤ ਨੇ ਇਹਦੇ ਤੇ ਕਿੰਤੂ ਪਰੰਤੂ ਨਹੀਂ ਕੀਤਾ ਹੈਗਾ ਕਿ ਇਹਦਾ ਹਿਸਾਬ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ? ਦੇਖੋ ਮੈਂ ਵੀ ਸੰਗਤ ਦਾ ਪਾਰਟ ਹਾਂ, ਮੈਂ ਦਿੱਲੀ ਦਾ ਵਸਨੀਕ ਹਾਂ ਤੇ ਸੰਗਤ ਤੋਂ ਹੀ ਬਿਲੋਂਗ ਕਰਦਾ। ਮੈਂ ਪਹਿਲੇ ਵੀ ਤੁਹਾਡੇ ਚੈਨਲ ਦੇ ਅਪੀਲ ਕੀਤੀ ਸੀ, ਮੈਂ ਸਿਰਸਾ ਸਾਹਿਬ ਤੋਂ ਮੰਗ ਕਰਦਾ, ਦਿੱਲੀ ਕਮੇਟੀ ਤੋਂ ਮੰਗ ਕਰਦਾ ਕਿ ਸਾਨੂੰ ਇਸ ਪੈਸੇ ਦਾ ਪੂਰਾ ਹਿਸਾਬ ਦਿੱਤਾ ਜਾਏ। ਪੈਸਾ ਕਿੱਥੇ ਜਾ ਰਿਹਾ ਹੈ? ਜਿਹੜੇ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਤਾਂ ਕਹਿੰਦੀਆਂ ਨੇ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਦਿੱਲੀ ਦੇ ਅੰਦਰ ਕਾਬਜ ਜਦ ਵੀ ਚੋਣ ਲੜਦਾ ਹੈ ਤੇ ਉਸ ਚੋਣ ਦੇ ਲਈ ਹਮੇਸ਼ਾ ਗੁਰੂ ਦੀ ਗੋਲਕ ਦਾ ਪੈਸਾ ਯੂਜ਼ ਕੀਤਾ ਜਾਂਦਾ ਹੈ, ਸ਼੍ਰੋਮਣੀ ਕਮੇਟੀ ਦੀ ਗੋਲਕ ਦਾ ਪੈਸਾ ਯੂਜ਼ ਕੀਤਾ ਜਾਂਦਾ, ਹੁਣ ਤੇ ਦਿੱਲੀ ਕਮੇਟੀ ਦੀ ਗੋਲਕ ਦਾ ਪੈਸਾ ਵੀ ਯੂਜ਼ ਕੀਤਾ ਜਾ ਰਿਹਾ ਹੈ। ਇਹ ਜਿੰਨਾ ਸਾਰਾ ਪੈਸਾ ਸੀ ਇਹ ਸਾਰਾ ਦਾ ਸਾਰਾ ਇਲੈਕਸ਼ਨ ਦੇ ਅੰਦਰ ਯੂਜ਼ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਦੇ ਅੰਦਰ, ਭਾਵੇਂ ਉਹ ਪੰਜਾਬ ਦੇ ਇਲੈਕਸ਼ਨ ਹੋਣ, ਭਾਵੇਂ ਹਰਿਆਣਾ ਦੇ ਇਲੈਕਸ਼ਨ ਹੋਣ ਜਾਂ ਦਿੱਲੀ ਦੇ ਇਲੈਕਸ਼ਨ ਹੋਣ। ਅਪਾਰਟ ਫਰੋਮ ਦਿਸ, ਮਨਜਿੰਦਰ ਸਿੰਘ ਸਿਰਸਾ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਹੁਤ ਜ਼ਿਆਦਾ ਐਕਟਿਵ ਨੇ, ਉਹ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਮਿਸਯੂਜ਼ ਕਰਦੇ ਨੇ। ਇਸ ਤਰ੍ਹਾਂ ਕਲੇਮ ਕੀਤਾ ਜਾਂਦਾ ਜਿਹੜੀ ਵਿਰੋਧੀ ਪਾਰਟੀ ਨੇ, ਭਾਵੇਂ ਸਰਨਾ ਗੁੱਟ ਹੋਏ ਜਾਂ ਜੀਕੇ ਗੁੱਟ ਹੋਏ, ਕਿ ਮਨਜਿੰਦਰ ਸਿਰਸਾ ਜਿਹੜੇ ਨੇ 20 ਤੋਂ 30 ਲੱਖ ਰੁਪਇਆ ਗੁਰੂ ਦੀ ਗੋਲਕ ਦਾ ਹਰ ਮਹੀਨੇ ਸੋਸ਼ਲ ਮੀਡੀਆ ਦੇ ਉੱਤੇ ਵੇਸਟ ਕਰਦੇ ਨੇ ਆਪਣੀ ਪਬਲਿਸਿਟੀ ਨੂੰ, ਆਪਣੇ ਚਿਹਰੇ ਨੂੰ ਚਿਪਕਾਉਣ ਦੇ ਲਈ। ਹੁਣ ਮੈਨੂੰ ਨਹੀਂ ਪਤਾ, ਵਾਹਿਗੁਰੂ ਜਾਣਦਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ, ਪਰ ਸੰਗਤ ਸਿਰਸਾ ਸਾਹਿਬ ਨੂੰ ਆਪਣੇ ਆਪ ਆ ਕੇ ਇਹਦੇ ਪੇਪਰ ਸਾਡੇ ਦੱਸਣੇ ਚਾਹੀਦੇ ਨੇ ਕਿ ਜੀ ਇਹ ਹਿਸਾਬ ਹੈਗਾ, ਦਿੱਲੀ ਗੁਰਦੁਆਰਾ ਕਮੇਟੀ ਨੂੰ ਇਹ ਇਨਕਮ ਹੋ ਰਹੀ ਹੈ ਤੇ ਸਾਡੇ ਇਹ ਖਰਚੇ ਹੋ ਰਹੇ ਹੈਗੇ ਨੇ, ਤੇ ਦਿੱਲੀ ਦੀ ਜਿਹੜੀ ਗੁਰਦੁਆਰਾ ਕਮੇਟੀ ਦੇ ਜਿਹੜਾ ਸਟਾਫ ਹੈ, ਟੀਚਰਸ ਹੈ, ਉਹਨੂੰ ਸੈਲਰੀ ਕਿਉਂ ਨਹੀਂ ਮਿਲ ਪਾ ਰਹੀ? ਉਹ ਆਪਣੇ ਆਪ ਦੇ ਅੰਦਰ ਇੱਕ ਬਹੁਤ ਵੱਡਾ ਸਵਾਲ ਹੈ, ਜਿਹਦਾ ਜਿਹੜਾ ਇੱਕ ਵੱਖਰਾ ਵਿਸ਼ਾ ਹੈਗਾ, ਉਹਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਹ ਟੀਚਰ ਤੋਂ ਤੁਸੀਂ ਗੱਲ ਕਰਨਾ ਜਾਂ ਸਟਾਫ ਤੋਂ ਗੱਲ ਕਰਨਾ ਉਹ ਦੱਸਣਗੇ। ਮੇਰਾ ਵਿਸ਼ਾ ਅਜਿਹਾ ਹੈਗਾ ਕਿ ਡਾਇਲਿਸਿਸ ਸੈਂਟਰ ਨੂੰ ਤੁਸੀਂ ਪ੍ਰਾਈਵੇਟ ਐਨਜੀਓ ਦੇ ਹੱਥਾਂ ਅੰਦਰ ਕਿਉਂ ਦਿੱਤਾ, ਜਦ ਤੁਸੀਂ ਪਿਛਲੇ 10-12 ਸਾਲ ਤੋਂ ਜਿਹੜੀ ਸਾਬਕਾ ਕਮੇਟੀ ਹੈਗੀ ਹੈ, ਸਰਨਾ ਸਾਹਿਬ ਦੀ ਕਮੇਟੀ ਹੈ, ਉਹਨਾਂ ਦੇ ਉੱਤੇ ਤੁਸੀਂ ਬਲੇਮ ਕਰਦੇ ਆ ਰਹੇ ਸੀ ਕਿ ਸਰਨਾ ਗੁੱਟ ਨੇ ਬਾਲਾ ਸਾਹਿਬ ਹਸਪਤਾਲ ਨੂੰ ਪ੍ਰਾਈਵੇਟ ਐਨਜੀਓ ਨੂੰ ਵੇਚਤਾ ਸੀ ਜਾਂ ਪ੍ਰਾਈਵੇਟ ਪਾਰਟੀ ਨੂੰ ਵੇਚਤਾ ਸੀ 350 ਕਰੋੜ ਦੇ ਅੰਦਰ, ਤੇ ਤੁਸੀਂ ਵੀ ਅਜਿਹਾ ਹੀ ਕੀਤਾ ਹੈਗਾ। ਉਹਨਾਂ ਦੇ ਚਲੋ 550 ਹਸਪਤਾਲ ਸਪਨਾ ਸੀ ਉਹਨਾਂ ਦਾ, ਜੋ ਵੀ ਪਲਾਨ ਹੈਗਾ ਸੀ 550 ਹਸਪਤਾਲ ਦਾ ਸੀ, ਉਹ ਐਗਰੀ ਕਰ ਰਹੇ ਸੀ, ਉਹ ਅੱਜ ਵੀ ਐਗਰੀ ਕਰਦੇ ਹੈਗੇ ਨੇ ਕਿ ਅਸੀਂ ਹਸਪਤਾਲ ਆਪਣੇ ਦਮ ਤੇ ਨਹੀਂ ਚਲਾ ਸਕਦੇ, ਜੇ ਅੱਜ ਸੰਗਤ ਸਾਨੂੰ ਸੇਵਾ ਦਿੰਦੀ ਹੈ ਤੇ ਅਸੀਂ ਹਸਪਤਾਲ ਨੂੰ ਪ੍ਰੋਫੈਸ਼ਨਲ ਬਾਡੀ ਦੇ ਨਾਲ ਟਾਈ ਅਪ ਕਰਕੇ ਚਲਾਵਾਂਗੇ, ਕਿਉਂਕਿ ਉਹਦੇ ਲਈ 850 ਕਰੋੜ ਦਾ ਖਰਚਾ ਹੈ, ਉਹਦਾ ਇੰਨਾ ਬਜਟ, ਇੰਨੀ ਕੰਪੀਟੈਂਸ, ਇੰਨੀ ਰਿਸੋਰਸਿਸ ਦਿੱਲੀ ਗੁਰਦੁਆਰਾ ਕਮੇਟੀ ਕੋਲ ਨਹੀਂ ਹੈ, ਪ੍ਰੋਫੈਸ਼ਨਲ ਟਾਈ ਅਪ ਕਰਕੇ ਆਏਗਾ। ਪਰ ਤੁਸੀਂ ਬਾਦਲ ਗੁੱਟ ਨੇ ਇਹ ਪ੍ਰੋਮਿਸ ਕੀਤਾ ਸੀ ਸੰਗਤ ਨੂੰ 2013 ਦੇ ਇਲੈਕਸ਼ਨ ਦੇ ਅੰਦਰ ਤੇ 17 ਦੇ ਇਲੈਕਸ਼ਨ ਦੇ ਅੰਦਰ ਕਿ ਅਸੀਂ ਆਵਾਂਗੇ, ਆਪਣੇ ਦਮ ਤੇ ਇਹ ਹਸਪਤਾਲ ਖੋਲ ਕੇ ਸੰਗਤ ਦੇ ਝੋਲੀ ਦੇ ਅੰਦਰ ਪਾਵਾਂਗੇ। ਅੱਜ 8 ਸਾਲ ਖਤਮ ਨੂੰ ਹੋਣ ਨੂੰ ਆ ਗਏ ਨੇ, 1 ਮਹੀਨੇ ਦੇ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਡਿਊ ਹੈਗੇ ਨੇ, ਅੱਜ ਵੀ ਪਰਨਾਲਾ ਉੱਥੇ ਦਾ ਉੱਥੇ ਹੈਗਾ, ਉਹ ਹਸਪਤਾਲ ਦੀ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਖੰਡਰ ਬਣ ਚੁੱਕੀ ਹੈ, ਬਿਲਡਿੰਗ ਖੰਡਰ ਹੋ ਚੁੱਕੀ ਹੈ, ਉੱਥੇ ਜਾ ਕੇ ਤੁਸੀਂ ਦੇਖੋਗੇ ਤੇ ਆਤਮਾ ਰੋਂਦੀ ਹੈ ਉੱਥੇ ਜਾ ਕੇ। ਜਿਹੜੇ ਮੇਰੇ ਵਰਗਾ ਜਿਹੜਾ ਦਿੱਲੀ ਦਾ ਸਿੱਖ ਹੈਗਾ ਉੱਥੇ ਜਾ ਕੇ ਉਹ ਖੂਹ ਦੇ ਅਥਰੂ ਰੋਂਦਾ ਹੈਗਾ, ਸਾਡੀ ਅੱਖਾਂ ਵਿੱਚੋਂ ਖੂਨ ਨਿਕਲਦਾ ਜਦ ਅਸੀਂ ਉੱਥੇ ਜਾ ਕੇ ਦੇਖਦੇ ਹਾਂ। ਤੇ ਮਤਲਬ ਕਿ ਤੁਸੀਂ ਇਹ ਚੀਜ਼ ਸੋਚਦੇ ਹੋ ਕਿ ਜਿੰਨਾ ਵੀ ਹੁਣ ਤੱਕ ਉਸ ਹਸਪੀਟਲ ਨੂੰ ਬਣਾਉਣ ਤੋਂ, ਜ਼ਮੀਨ ਲੈਣ ਤੋਂ ਲੈ ਕੇ ਹਸਪੀਟਲ ਦੀ ਬਿਲਡਿੰਗ ਜਿਹੜੀ ਹੈਗੀ ਆ ਉਹ ਖੜੀ ਕਰਨ ਤੱਕ ਜਿਹੜਾ ਹੈਗਾ ਆ ਸੰਗਤ ਦਾ ਪੈਸਾ ਟੋਟਲੀ ਜਿਹੜਾ ਹੈਗਾ ਆ ਉਹ ਵੇਸਟ ਹੋਇਆ? ਬਿਲਕੁਲ ਵੇਸਟ ਹੋਇਆ ਜੀ, ਬਿਲਕੁਲ ਵੇਸਟ ਹੋਇਆ। ਇੱਕ ਹੋਰ ਮੈਂ ਗੱਲ ਇੱਥੇ ਤੁਹਾਨੂੰ ਧਿਆਨ 'ਚ ਲਿਆਉਣਾ ਚਾਹੁੰਦਾ ਤੇ ਸਾਰੀ ਸੰਗਤ ਦੇ ਅੱਗੇ ਵੀ, ਕਿ ਜਿਹੜੀ ਉਹ ਬਿਲਡਿੰਗ ਤਿਆਰ ਹੋਈ ਹੈ ਉਹ ਘੱਟ ਤੋਂ ਘੱਟ ਸ਼ਾਇਦ 16-17 ਸਾਲ ਪਹਿਲੇ ਤਿਆਰ ਹੋਈ ਹੈ, ਉਹਦੀ ਕਾਰ ਸੇਵਾ 16-17 ਸਾਲ ਪਹਿਲੇ ਹੋਣੀ ਸ਼ੁਰੂ ਹੋ ਗਈ ਸੀ, ਠੀਕ ਹੈ, ਤੇ 2-3 ਸਾਲ ਦੇ ਅੰਦਰ ਕਾਰ ਸੇਵਾ ਖਤਮ ਵੀ ਹੋ ਗਈ ਸੀ। ਯਾਨੀ ਕਿ ਜਿਹੜੀ ਬਿਲਡਿੰਗ ਹੈਗੀ ਹੈ ਮੋਟਾ ਮੋਟਾ 15-16 ਸਾਲ ਪੁਰਾਣੀ ਬਿਲਡਿੰਗ ਹੈ, ਬਿਲਡਿੰਗ ਨੂੰ ਕੋਈ ਵੀ ਮੇਨਟੇਨ ਨਹੀਂ ਕੀਤਾ ਗਿਆ, ਬਿਲਡਿੰਗ ਦੀ ਜਿਹੜੀ ਬੇਸਮੈਂਟ ਹੈਗੀ ਉਹ ਪੰਕਚਰ ਹੋ ਚੁੱਕੀ ਹੈ, ਉੱਥੇ 1.5-2 ਕਿਲੋਮੀਟਰ ਤੇ ਯਮਨਾ ਰਿਵਰ ਹੈਗੀ ਹੈ, ਯਮਨਾ ਦਾ ਪਾਣੀ ਜਿਹੜਾ ਹੈਗਾ ਬਿਲਡਿੰਗ ਦੇ ਵਿੱਚੋਂ ਨਿਕਲ ਕੇ ਆਉਂਦਾ ਤੇ ਜਿਹੜੀ ਉਹਦੀ ਬਿਲਡਿੰਗ ਦੀ ਨੀਵਾਂ ਨੇ ਕਮਜ਼ੋਰ ਹੋ ਚੁੱਕੀਆਂ ਨੇ। ਮੈਂ ਆਪ ਉਸ ਚੀਜ਼ ਦਾ ਪ੍ਰਤੱਖ ਦਰਸ਼ੀ ਹੈਗਾ, ਵਿਟਨੈਸ ਹੈਗਾ ਕਿ ਜਿਹੜੀ ਬਿਲਡਿੰਗ ਦੇ ਪਿਲਰਸ ਨੇ, ਕੈਂਟੀਲੀਵਰ ਬੀਮਸ ਨੇ, ਉਸ ਅੰਦਰ ਤ੍ਰਿੜਾ ਪੈ ਚੁੱਕੀ ਨੇ, ਉੱਥੇ
ਜਿਹਨੂੰ ਕਹਿੰਦੇ ਨੇ ਦਰਾਰਾਂ ਆ ਚੁੱਕੀਆਂ ਨੇ, ਤੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਕਿ ਜੇ ਅਸੀਂ ਇਹਦਾ ਆਡਿਟ ਕਰਾਈਏ, ਕਿਸੇ ਅੱਛੇ ਸਿਵਲ ਕੰਟਰੈਕਟਰ ਤੋਂ ਆਡਿਟ ਕਰਾਈਏ, ਤੇ ਆਡਿਟ ਦੇ ਅੰਦਰ ਇਹ ਗੱਲ ਵੀ ਨਿਕਲ ਕੇ ਆ ਸਕਦੀ ਹੈ ਕਿ ਹੋ ਸਕਦਾ ਹੈ ਜਿਹੜੀ 70-80 ਕਰੋੜ ਦੀ ਇਨਵੈਸਟਮੈਂਟ ਦੇ ਨਾਲ ਬਾਬਾ ਜੀ ਨੇ ਇੱਕ ਸਪਨਾ ਲੈ ਕੇ ਬਿਲਡਿੰਗ ਨੂੰ ਤਿਆਰ ਕੀਤਾ ਸੀ, ਹੋ ਸਕਦਾ ਹੈ ਕਿ ਉਸ ਬਿਲਡਿੰਗ ਨੂੰ ਵੀ ਪੂਰਾ ਦਾ ਪੂਰਾ ਢਾਣਾ ਪੈ ਜਾਏ, ਉਹ ਬਿਲਡਿੰਗ ਸੇਫ ਨਹੀਂ ਹੈ। ਹਾਂਜੀ, ਤੇ ਫਿਰ ਜਿਹੜਾ ਜਿਹੜਾ ਡਾਇਲਿਸਿਸ ਸੈਂਟਰ ਜਿਹੜਾ ਖੋਲਿਆ ਗਿਆ ਹੈਗਾ ਆ, ਉਹ ਫਿਰ ਕਿਹੜੀ ਜਗ੍ਹਾ ਤੇ ਖੋਲਿਆ ਗਿਆ ਹੈ? ਉਹ ਹਸਪੀਟਲ ਦਾ ਪਾਰਟ ਬਿਲਡਿੰਗ ਦੇ, ਉਹ ਬਿਲਡਿੰਗ ਸਰ, ਉਹ ਬਿਲਡਿੰਗ ਦੇ ਇੱਕਦਮ ਫਰੰਟ ਫੇਸ ਤੇ ਜਿੱਥੇ ਬੇਸਿਕਲੀ ਇੱਕ ਟਰੋਮਾ ਸੈਂਟਰ ਬਣਾਇਆ ਜਾ ਸਕਦਾ ਸੀ, ਉਹ ਬੇਸਿਕਲੀ ਗਰਾਊਂਡ ਫਲੋਰ ਤੇ ਬਣਾਇਆ ਗਿਆ ਹੈ। ਉਹ ਸੰਗਤ ਨੂੰ ਗੁੰਮਰਾਹ ਕਰਨ ਦੇ ਲਈ, ਜਿਹੜੀ ਅੱਗੇ ਦੀ ਸ਼ਾਇਦ 300 ਜਾਂ 400 ਗਜ ਦੀ ਜ਼ਮੀਨ ਹੈਗੀ ਹੈ, ਉਹਨੂੰ ਥੋੜਾ ਰੈਕਟੀਫਾਈ ਕਰਤਾ, ਉਹਦੀ ਫੇਸ ਲਿਫਟਿੰਗ ਕਰਤੀ, ਉਹਦਾ ਜਿਹੜਾ ਲੈਂਡਸਕੇਪ ਨੂੰ ਬਿਊਟੀਫਾਈ ਕਰਕੇ ਪੌਦੇ ਸ਼ੌਦੇ ਲਗਾ ਕੇ, ਕਿ ਸ਼ੀਸ਼ੇ ਸ਼ੂਸ਼ੇ ਲਗਾ ਕੇ, ਉੱਥੇ ਸੰਗਤ ਨੂੰ ਗੁੰਮਰਾਹ ਕਰਨ ਦੇ ਲਈ, ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ, ਤੇ ਆਪਣਾ ਪੋਲੀਟੀਕਲ ਸਟੰਟ ਦਿਖਾਉਣ ਦੇ ਲਈ ਉੱਥੇ ਉਹਨਾਂ ਨੇ ਡਾਇਲਿਸਿਸ ਸੈਂਟਰ ਲਈ ਉਹ ਖੋਲਿਆ ਹੈਗਾ। ਬੇਸਿਕਲੀ ਉਹ ਸਰਕਾਰੀ ਫੰਡ ਤੋਂ ਚੱਲ ਰਿਹਾ ਹੈ, ਉੱਥੇ ਜਿਹੜਾ ਇਨਵੈਸਟਮੈਂਟ ਹੋਈ ਹੈ ਦਿੱਲੀ ਦੀ ਸੰਗਤ ਵੱਲੋਂ ਹੋਈ ਹੈ, ਤੇ ਸਰਕਾਰ ਵੱਲੋਂ ਜਿਹੜਾ ਪੈਸਾ ਆਏਗਾ ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਜੇਬ ਅੰਦਰ 500 ਰੁਪਏ ਜਾਏਗਾ, ਤੇ ਬਿਗਰ ਕੁਆਂਟਮ ਆਫ ਦਾ ਜਿਹੜਾ ਮਨੀ ਹੈਗਾ 1150 ਰੁਪਏ ਦਾ ਪ੍ਰਾਈਵੇਟ ਐਨਜੀਓ ਦੀ ਜੇਬ 'ਚ ਜਾਏਗਾ। ਤੇ ਦੂਸਰਾ ਜਿਹੜਾ ਹੈਗਾ ਆ ਮੇਨ ਹੁਣ ਚੀਜ਼, ਜੇ ਅਸੀਂ ਤੁਹਾਡੇ ਕੋਲ ਪੁੱਛੀਏ ਕਿ ਇਹਦੇ ਤੇ ਡੀਪਲੀ ਥੋੜਾ ਜਿਹਾ ਦੱਸਣ ਦੀ ਖੇਚਲ ਕਰਨੀ, ਇਹ ਕਿ ਜਿਹੜਾ ਹੁਣ ਹੈਗਾ ਆ ਜੋ ਦਿੱਲੀ ਜਿਹੜਾ ਹੈਗਾ ਚੋਣਾਂ ਦਾ ਟਾਈਮ ਹੈਗਾ ਆ, ਅਗਲੇ ਮਹੀਨੇ ਚੋਣਾਂ ਨੇ ਮੇਰੇ ਖਿਆਲ ਅਪ੍ਰੈਲ ਦੇ ਵਿੱਚ, ਤੇ 25-26 ਅਪ੍ਰੈਲ ਦੇ ਆਸ ਪਾਸ ਚੋਣਾਂ ਨੇ। ਹਾਂਜੀ ਹਾਂਜੀ, ਤੇ ਹੁਣ ਜਿਹੜਾ ਹੈਗਾ ਆ ਇਹ ਜਿਹੜਾ ਕੰਮ ਜਿਹੜਾ ਹੈਗਾ ਤਰਕੋਨਾ ਹੋ ਚੁੱਕਾ ਆ, ਉਧਰੋਂ ਸਰਨਾ ਬ੍ਰਦਰ ਵੀ ਹੈਗਾ, ਸਰਦਾਰ ਮਨਜੀਤ ਸਿੰਘ ਜੀਕੇ ਹੁਣੀ ਵੀ ਹੈਗੇ ਆ, ਤੇ ਆਪਣੇ ਸਿਰਸਾ ਸਾਹਿਬ ਵੀ ਹੈਗੇ ਨੇ। ਮਤਲਬ ਕਿ ਹੁਣ ਜੇ ਗੱਲ ਕਰੀਏ ਕਿ ਕਿਹਦੇ ਕੋਲ, ਕਿਹਦੀ ਝੋਲੀ ਦੇ ਵਿੱਚ ਜਿਹੜੀ ਹੈਗੀਆਂ ਨੇ ਲੋਕਾਂ ਦੀਆਂ ਵੋਟਾਂ ਡਿੱਗ ਸਕਦੀਆਂ ਨੇ, ਕੌਣ ਇਹ ਕਿਹਨਾਂ ਦਾ, ਕਹਿ ਦਈਏ ਜੇ ਇਸ ਪੰਜਾਬੀ ਦੇ ਵਿੱਚ ਕਹੀਏ ਕਿ ਕਿਹਨਾਂ ਦਾ ਪਲੜਾ ਜਿਹੜਾ ਹੈਗਾ ਆ ਭਾਰੀ ਨਜ਼ਰ ਆ ਰਿਹਾ ਇਸ ਵੇਲੇ, ਕਿਉਂਕਿ ਮੁੱਦੇ ਤਿੰਨਾਂ ਕਮੇਟੀਆਂ ਦੇ ਕੋਲ, ਤਿੰਨਾਂ ਬੰਦਿਆਂ ਦੇ ਕੋਲ ਸਿਰਫ ਇਹੀ ਆ ਕਿ ਅਸੀਂ ਜੇ ਆ ਗਏ ਅਸੀਂ ਇਸ ਹੋਸਪਿਟਲ ਨੂੰ, ਇਸ ਇਹਦੇ ਸਕੂਲਾਂ ਨੂੰ ਜਾਂ ਕਾਲਜ ਜਿਹੜੇ ਜੋ ਵੀ ਹੈਗੇ ਇਹਨਾਂ ਦੀਆਂ ਪ੍ਰੋਪਰਟੀਆਂ ਹੈਗੀਆਂ ਨੇ ਬੰਗਲਾ ਸਾਹਿਬ ਦੀਆਂ, ਉਹਨਾਂ ਨੂੰ ਅਸੀਂ ਜਿਹੜੀ ਉਹਨਾਂ ਦੀ ਦੇਖਭਾਲ ਅਸੀਂ ਕਰਾਂਗੇ। ਮਤਲਬ ਕਿ ਹੁਣ ਜਿਹੜੀ ਹੈਗੀ ਹੈ ਸੰਗਤ ਕਿੱਧਰਲੇ ਪਾਸੇ ਝੁਕਦੀ ਜਿਹੜੀ ਹੈਗੀ ਹੈ, ਜੇ ਕਹਾਂ ਕਿ ਕਿੱਧਰਲੇ ਪਾਸੇ ਜਿਹੜਾ ਹੈਗਾ ਹੈ ਪਲੜਾ ਭਾਰੀ ਹੋਣ ਦਾ ਨਜ਼ਰ ਆ ਰਿਹਾ ਹੈਗਾ, ਕਿਉਂਕਿ ਦਾਅਵੇ ਤੇ ਕੀਤੇ ਚੋਣਾਂ, ਹਾਂਜੀ ਕਹਿੰਦੇ ਨੇ ਚੋਣਾਂ ਜਿੱਤਣੀਆਂ ਹੋਣ ਤੇ ਦਾਅਵੇ ਜਿਹੜੇ ਹੈਗੇ ਕੀਤੇ ਜਾਂਦੇ ਨੇ ਕਿ ਵਾਅਦੇ ਕੀਤੇ ਜਾਂਦੇ ਨੇ, ਇਹ ਕਿਹੜੀ ਕਿਹੜੀ ਜਿਹੜੀ ਹੈਗੀ ਆ, ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਜਿਹੜੀ ਹੈਗੀ ਆ ਕਿਸੇ ਵੀ ਇੱਕ ਦਾ ਨਾਂ ਲੈਣਾ ਹੈਗਾ, ਕਿਉਂਕਿ ਹੁਣ ਜ਼ੋਰ ਤੇ ਤਿੰਨਾਂ ਦਾ ਹੀ ਲੱਗਾ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਹਰੇਕ ਨੇ ਜਿਹੜੇ ਜਿਹੜੇ ਕੰਮ ਕੀਤੇ ਨੇ ਉਹ ਉਹਨਾਂ ਨੇ ਸਾਹਮਣੇ ਲਿਆਉਣੇ ਨੇ, ਉਹਨਾਂ ਨੇ ਸਾਹਮਣੇ ਉਹ ਚੀਜ਼ਾਂ ਕਰਕੇ ਵੋਟਾਂ ਲੈਣੀਆਂ ਨੇ, ਆਪਣੇ ਆਪ ਨੂੰ ਕਮੇਟੀ ਦੇ ਵਿੱਚ ਲਿਆਉਣਾ ਆ। ਪਰ ਜਿਹੜਾ ਹੈਗਾ ਸੰਗਤ ਵੱਲੋਂ ਜੇ ਗੱਲ ਕਰੀਏ, ਸੰਗਤ ਵੱਲੋਂ ਕਿਹਦੇ ਵੱਲ ਜਿਹੜਾ ਹੈਗਾ ਜ਼ਿਆਦਾ ਝੁਕਾਅ ਜਿਹੜਾ ਹੈਗਾ ਕਿਹਦੇ ਵੱਲ ਹੈ? ਦੇਖੋ ਇਹ ਗੱਲ ਕਰਨੀ ਬਿਲਕੁਲ ਪੋਲੀਟੀਕਲ ਹੋ ਜਾਏਗੀ, ਮੈਂ ਪਹਿਲੇ ਵੀ ਕਿਹਾ ਹੈਗਾ ਕਿ ਮੈਂ ਪੋਲੀਟੀਕਲ ਬੰਦਾ ਨਹੀਂ ਹਾਂ, ਅਤੇ ਮੈਂ ਕਿਸੇ ਵੀ ਕਮੇਟੀ ਨੂੰ ਨਾ ਮੈਂ ਸਪੋਰਟ ਕਰਾਂਗਾ ਨਾ ਮੈਂ ਕਿਸੇ ਕਮੇਟੀ ਨੂੰ ਇੱਥੇ ਭੰਡਣ ਆਇਆ ਹੈਗਾ। ਮੈਂ ਦਿੱਲੀ ਦੀ ਸੰਗਤ ਦੀ ਗੱਲ, ਦਿਲ ਦੀ ਗੱਲ ਦੱਸਣ ਆਇਆ ਕਿ ਦਿੱਲੀ ਦੀ ਸੰਗਤ ਕੀ ਚਾਹੁੰਦੀ ਹੈ। ਪਹਿਲੀ ਗੱਲ, ਇਹ ਜਿਹੜਾ ਬਾਲਾ ਸਾਹਿਬ ਹੋਸਪਿਟਲ ਹੈਗਾ ਸਿਰਫ ਹੋਸਪਿਟਲ ਨਹੀਂ ਹੈ, ਇਹ ਇੱਕ ਮੈਡੀਕਲ ਕਾਲਜ ਵੀ ਹੈ। ਦਿੱਲੀ ਦੀ ਸੰਗਤ ਚਾਹੁੰਦੀ ਹੈ ਕਿ ਇਸ ਹੋਸਪਿਟਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਦਮ ਤੇ ਨਹੀਂ ਚਲਾ ਸਕਦੀ, ਤੁਸੀਂ ਸੰਗਤ ਨੂੰ ਬੇਵਕੂਫ ਬਣਾਉਣਾ ਬੰਦ ਕਰੋ, ਤੁਸੀਂ ਕਿਸੇ ਪ੍ਰੋਫੈਸ਼ਨਲ ਬਾਡੀ ਦੇ ਨਾਲ ਪ੍ਰੋਪਰਲੀ ਟਾਈ ਅਪ ਕਰਕੇ ਉਹਦੇ ਜਿਹੜੇ ਫੇਅਰਲੀ ਜਿਹੜੇ ਤੇ ਟ੍ਰਾਂਸਪੇਰੈਂਟ ਟਰਮਸ ਐਂਡ ਕੰਡੀਸ਼ਨਸ ਹੈਗੇ ਨੇ ਸੰਗਤ ਨੂੰ ਦੱਸੋ, ਤੇ ਉਹਦੇ ਨਾਲ ਇੱਕ 550 ਬੈਡ ਦਾ ਹੋਸਪਿਟਲ, ਮਲਟੀ ਸਪੈਸ਼ਲਿਟੀ ਹੋਸਪਿਟਲ ਨੂੰ ਤੁਸੀਂ ਤਿਆਰ ਕਰੋ। ਜਦੋਂ ਹੋਸਪਿਟਲ ਤਿਆਰ ਹੋ ਜਾਂਦਾ ਹੈਗਾ ਉਹਦੇ 2 ਜਾਂ 3 ਸਾਲਾਂ ਤੋਂ ਬਾਅਦ ਇਹਨੂੰ ਮੈਡੀਕਲ ਕਾਲਜ ਦੀ ਪਰਮਿਸ਼ਨ ਲੈ ਕੇ ਇੱਥੇ ਮੈਡੀਕਲ ਕਾਲਜ ਖੋਲੋ ਤਾਂ ਕਿ ਸਿੱਖ ਬੱਚਿਆਂ ਨੂੰ ਇੱਕ ਆਪਟੀਮਲ ਰੇਟ ਦੇ ਉੱਤੇ ਐਜੂਕੇਸ਼ਨ ਮਿਲ ਸਕੇ। ਪਹਿਲੀ ਗੱਲ। ਦੂਜੀ ਗੱਲ, ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਟਸ ਹੈਗੇ ਆ
ਜਿਵੇਂ ਹਾਂਜੀ ਸਕੂਲਸ ਹੋ ਗਏ, ਕਾਲਜਸ ਹੋ ਗਏ, ਠੀਕ ਹੈ ਜੀ। ਇਸ ਹੋ ਇਹਨਾਂ ਸਕੂਲਸ ਦੇ ਉੱਤੇ ਬੇਸਿਕਲੀ ਸਾਨੂੰ ਬਹੁਤ ਵੱਡਾ ਬਜਟ ਚਾਹੀਦਾ ਅੱਜ ਐਜੂਕੇਸ਼ਨ ਅਤੇ ਮੈਡੀਕਲ ਸਰਵਿਸਿਜ਼ ਦੇ ਉੱਤੇ। ਅਤੇ ਦਿੱਲੀ ਦੀ ਸੰਗਤ ਇਸ ਵੇਲੇ ਉਸ ਪਾਰਟੀ ਨੂੰ ਵੋਟ ਪਾਏਗੀ ਜਿਹੜਾ ਕਿ ਅਗਲਾ ਜਿਹੜਾ ਆਉਣ ਵਾਲਾ ਟਾਈਮ ਹੈਗਾ ਬਾਲਾ ਸਾਹਿਬ ਹੋਸਪਿਟਲ, ਐਜੂਕੇਸ਼ਨ ਅਤੇ ਮੈਡੀਕਲ ਸਰਵਿਸਿਜ਼ ਦੇ ਉੱਤੇ ਪੂਰਾ ਜ਼ੋਰ ਰੱਖੇਗੀ। ਡੈਫੀਨੇਟਲੀ ਜਿਹੜਾ ਧਰਮ ਪ੍ਰਚਾਰ ਹੈ, ਗੁਰਦੁਆਰਾ ਨਿਜ਼ਾਮ ਹੈ, ਉਹ ਤੇ ਚੱਲੇਗਾ ਹੀ ਚੱਲੇਗਾ, ਉਹ ਤੇ ਟੌਪ ਪ੍ਰਾਇੋਰਟੀ ਹੈ। ਪਰ ਦਿੱਲੀ ਦੀ ਕਮੇਟੀ, ਦਿੱਲੀ ਦੀ ਸੰਗਤ ਇਸ ਵੇਲੇ ਉਸ ਕਮੇਟੀ ਦੇ ਉਸ ਟੀਮ ਨੂੰ ਵੋਟ ਪਾਏਗੀ ਜਿਹੜਾ ਕਿ ਇਸ ਗੱਲ ਦੀ ਕਮਿਟਮੈਂਟ ਨੂੰ ਦੇਖ ਲੈ ਕੇ ਚੱਲੇਗਾ ਜਿਹੜਾ ਬਾਲਾ ਸਾਹਿਬ ਹੋਸਪਿਟਲ ਹੈ ਤੇ ਜਿਹੜੇ ਐਜੂਕੇਸ਼ਨ ਇੰਸਟੀਟਿਊਟਸ ਹੈਗੇ ਨੇ ਉਹਨਾਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ, ਪ੍ਰੋਫੈਸ਼ਨਲ ਬਾਡੀ ਦੇ ਨਾਲ, ਪ੍ਰੋਫੈਸ਼ਨਲ ਲੋਕਾਂ ਦੀ ਮਦਦ ਦੇ ਨਾਲ ਇਸ ਚੀਜ਼ ਨੂੰ ਰਨ ਕੀਤਾ ਜਾਏ। ਤੇ ਹੁਣ ਜਿਹੜਾ ਹੈਗਾ ਆ ਮੇਨ ਜਿਹੜਾ ਹੈਗਾ ਆ ਮੁੱਦਾ ਜਿਹੜਾ ਹੈਗਾ ਆ ਤਿੰਨਾਂ ਵੱਲੋਂ ਜਿਹੜਾ ਹੈਗਾ ਆ ਉਹ ਕਿਹੜਾ ਮੇਨ ਮੁੱਦਾ ਜਿਹੜਾ ਲੈ ਕੇ ਇਹ ਜਿਹੜਾ ਹੈਗਾ ਚੋਣਾਂ ਜਿਹੜੀਆਂ ਹੈਗੀਆਂ ਨੇ ਲੜੀਆਂ ਜਾ ਰਹੀਆਂ ਨੇ, ਮੇਨ ਮੁੱਦਾ ਕੀ ਹੈ? ਦੇਖੋ ਮੇਨ ਬਾਲਾ ਸਾਹਿਬ ਦਾ ਜਾਂ ਸਕੂਲ ਕਾਲਜਾਂ ਦਾ, ਕਿ ਜਾਂ ਜਿਹੜੀ ਹੈਗੀ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਲੈ ਕੇ ਜਿਹੜੀ ਹੈਗੀ ਆ ਉਹਨਾਂ ਦਾ? ਸਰ ਦੇਖੋ ਮੈਂ ਪਹਿਲੀ ਗੱਲ ਕਹੀ ਹੈ, ਸਾਰੇ ਮੁੱਦੇ ਟੌਪ ਪ੍ਰਾਇੋਰਟੀ ਤੇ ਹੈਗੇ ਨੇ, ਪਰ ਇਸ ਵੇਲੇ ਜਿਹੜਾ ਬਾਲਾ ਸਾਹਿਬ ਹੋਸਪਿਟਲ ਦਾ ਮੁੱਦਾ ਹੈਗਾ ਉਹ ਬਹੁਤ ਬਰਨਿੰਗ ਮੁੱਦਾ ਹੈ। ਇਹ ਅੱਜ ਦਾ ਮੁੱਦਾ ਨਹੀਂ ਹੈਗਾ, ਇਹ ਪਿਛਲੇ 15 ਸਾਲ ਤੋਂ ਦਾ ਮੁੱਦਾ ਹੈਗਾ। ਜਿਹੜੀ ਸਰਨਾ ਕਮੇਟੀ ਜਦ ਹੈਗੀ ਸੀ ਉਹਨਾਂ ਦੇ ਵੀ ਪ੍ਰੈਸ਼ਰ ਹੈਗਾ ਸੀ ਸੰਗਤ ਦਾ, ਤੇ ਇਸੇ ਕਰਕੇ ਉਹਨਾਂ ਨੇ ਇਹ ਅਪਰੋਚ ਲਈ ਕਿ ਇਸ ਨੂੰ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਦੇ ਰਾਹੀਂ ਇਹ ਪ੍ਰਾਈਵੇਟ ਟਾਈਪ ਦੇ ਨਾਲ ਇਹਨੂੰ ਸ਼ੁਰੂ ਕਰਾਉਣਾ ਹੈਗਾ। ਅੱਜ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜਾ ਟੌਪ ਦਾ ਮੁੱਦਾ ਹੈ ਉਹ ਹੈ ਬਾਲਾ ਸਾਹਿਬ ਹੋਸਪਿਟਲ ਨੂੰ ਉਸਾਰ ਕੇ ਉੱਥੇ ਮੈਡੀਕਲ ਕਾਲਜ ਨੂੰ ਸੈਟਅਪ ਕਰਨਾ ਪਹਿਲਾ, ਦੂਜਾ ਜਿੰਨੇ ਵੀ ਸਕੂਲ ਕਾਲਜਸ ਹੈਗੇ ਨੇ ਇਹਨਾਂ ਦਾ ਮਿਆਰ ਨੂੰ ਠੀਕ ਕਰਨਾ, ਤੇ ਜਿਹੜੇ ਵੀ 200-300 ਕਰੋੜ ਦੇ ਪੈਂਡਿੰਗ ਏਰੀਅਸ ਹੈਗੇ ਨੇ ਟੀਚਰ ਦੇ ਸੈਲਰੀਜ਼ ਦੇ, ਸਟਾਫ ਦੀ ਸੈਲਰੀਜ਼ ਨੇ, ਉਹਨੂੰ ਜਲਦੀ ਤੋਂ ਜਲਦੀ ਉਸ ਨੂੰ ਡੈਪਥ ਤੋਂ ਕੱਢ ਕੇ ਬਾਹਰ ਲਿਆਉਣਾ। ਤੀਜੀ ਗੱਲ ਜਿੰਨੇ ਵੀ ਗੁਰਦੁਆਰੇ ਦੇ ਰੱਖ ਰਖਾਵ ਹੈਗੇ ਨੇ ਉਹਨਾਂ ਗੁਰਦੁਆਰੇ ਦੇ ਰੱਖ ਰਖਾਵ ਵੀ ਸਹੀ ਤਰੀਕੇ ਨਾਲ ਨਹੀਂ ਹੋ ਰਹੇ, ਕਿਉਂਕਿ ਇਹ ਜਿਹੜੀ ਗੁਰਦੁਆਰਾ ਕਮੇਟੀ ਹੈ ਮੌਜੂਦਾ, ਇਹ ਬਾਦਲ ਦਲ ਦੀ ਕਮੇਟੀ ਹੈ, ਇਹਨਾਂ ਦਾ 26-27 ਸਾਲ ਤੇ ਬੀਜੇਪੀ ਦੇ ਨਾਲ ਗਠਬੰਧਨ ਰਿਹਾ ਹੈ, ਐਨਡੀਏ ਦੇ ਨਾਲ ਅਲਾਇੰਸ ਰਿਹਾ ਹੈਗਾ। ਅਸੀਂ ਦੇਖਦੇ ਆਏ ਹਾਂ ਕਿ ਇਹਨਾਂ ਨੇ ਸ਼ੁਰੂ ਤੋਂ ਹੀ ਲੈ ਕੇ ਬੀਜੇਪੀ ਦੇ ਨਾਲ ਗਠਬੰਧਨ ਕਰਕੇ ਰੱਖਿਆ, ਤੇ ਇਹ ਜਦ ਵੀ ਸ਼ੁਰੂ ਦੇ ਤੋਂ ਹੀ ਕਮੇਟੀ ਜਿਹੜੀ ਹੈਗੀ ਸੀ ਬਾਦਲ ਦੀ ਕਮੇਟੀ ਬੀਜੇਪੀ ਤੇ ਆਰਐਸਐਸ ਦੇ ਪ੍ਰੈਸ਼ਰ ਦੇ ਅੰਦਰ ਹਮੇਸ਼ਾ ਰਹੀ ਹੈ, ਤੇ ਜਿਹੜੀ ਕਿ ਸਿੱਖੀ ਤੇ ਜਾਹੋ ਖਾਲਸਾ ਹੀ ਜਾਹੋ ਜਹਾਲ ਦੇ ਨਾਲ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਸੀ ਉਹ ਸਾਨੂੰ ਦਿੱਲੀ ਦੀ ਕਮੇਟੀ, ਦਿੱਲੀ ਦੀ ਸੰਗਤ ਤੋਂ ਪ੍ਰੋਗਰਾਮ ਨਜ਼ਰ ਨਹੀਂ ਆਏ। ਇਹਨਾਂ ਪ੍ਰੋਗਰਾਮਾਂ ਦੇ ਅੰਦਰ ਕਿਸੇ ਨਾ ਕਿਸੇ ਜਗ੍ਹਾ ਤਰੀਕੇ ਦੇ ਨਾਲ ਬੀਜੇਪੀ ਤੇ ਆਰਐਸਐਸ ਦੇ ਇੱਕ ਭਗਵਾ ਕਰਨ ਦਾ ਛਾਪ ਜ਼ਰੂਰ ਨਜ਼ਰ ਆਈ ਹੈਗੀ ਹੈ। ਤੇ ਪਰ ਉਹ ਤੇ ਕੀ ਕਹਿੰਦੇ ਨੇ ਸੁਪ੍ਰੀਤ ਜੀ, ਹਰੇਕ ਪਾਰਟੀ ਕਿਸੇ ਨਾ ਕਿਸੇ ਚੀਜ਼ ਨਾਲ ਜੁੜੀ ਹੁੰਦੀ ਹੈਗੀ ਆ। ਹੁਣ ਜੇ ਗੱਲਾਂ ਕਰੀਏ ਤੇ ਬਹੁਤ ਗੱਲਾਂ ਸਾਹਮਣੇ ਵੀ ਆਉਂਦੀਆਂ ਹੈਗੀਆਂ ਨੇ ਪਾਰਟੀ ਜਿਹੜੀ ਹੈਗੀ ਆ, ਪਰ ਗੱਲ ਤੇ ਜਿਹੜੀ ਚੱਲਦੀ ਪਈ ਹੈ ਨਾ ਕਿ ਆਪਣੇ ਧਾਰਮਿਕ ਸਥਾਨਾਂ ਦੀ, ਆਪਣੇ ਜਿਹੜੇ ਜਿਹੜੇ ਪੈਸੇ ਸੰਗਤ ਨੇ ਦਿੱਤੇ ਨੇ ਗੁਰੂ ਦੀ ਗੋਲਕ ਦੇ ਵਿੱਚ ਪਾਏ ਨੇ, ਉਹਨਾਂ ਦੀ ਇਨਵੈਸਟਮੈਂਟ ਕਿੱਥੇ ਹੋਈ ਆ, ਉਹਨਾਂ ਨੂੰ ਕਿੱਥੇ ਖਰਚਿਆ ਗਿਆ ਹੈਗਾ ਆ, ਉਹਨਾਂ ਨੂੰ ਲੋਕਾਂ ਦੇ ਭਲੇ ਲਈ ਖਰਚਿਆ ਗਿਆ ਹੈਗਾ, ਜਿਹਨਾਂ ਲੋਕਾਂ ਨੇ ਦਸਵੰਧ ਗਲਤ ਹੈ, ਉਸ ਚੀਜ਼ ਦੀ ਚੱਲਦੀ ਪਈ ਹੈ। ਇਹ ਇਹਨੂੰ ਜਿਹੜਾ ਹੈਗਾ ਆ ਇਹਨੂੰ ਕੋਈ ਹੋਰ ਰੰਗ ਦੇਣ ਦੀ ਜਿਹੜੀ ਹੈਗੀ ਆ ਆਪਾਂ ਨਾ ਗੱਲ ਕਰੀਏ, ਕਿਉਂਕਿ ਇਹ ਮੁੱਦਾ ਜਿਹੜਾ ਹੈਗਾ ਮੇਨ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬਾਲਾ ਸਾਹਿਬ ਦੀ ਹੈਗੀ ਆ, ਕਿਉਂਕਿ ਬਾਲਾ ਸਾਹਿਬ ਦੇ ਉੱਤੇ ਜੇ ਫੋਕਸ ਰੱਖੀਏ, ਬਾਲਾ ਸਾਹਿਬ ਜਿਹੜਾ ਹੋਸਪਿਟਲ ਜਿਹੜਾ ਹੈਗਾ ਆ ਉਹਦਾ 500 ਮੇਰੇ ਖਿਆਲ 500 ਬੈੱਡ ਦਾ ਜਿਹੜਾ ਹੈਗਾ ਸੀ ਅਰੇਂਜਮੈਂਟ ਸੀ ਉਹਨਾਂ ਦਾ ਜਦੋਂ ਬਿਲਡਿੰਗ ਬਣਾਈ ਗਈ ਹੈ, 550 ਬੈੱਡ ਦਾ, 550 ਦੀ ਆ। ਤੇ ਹੁਣ ਵੀ ਜਿਹੜੇ ਹੈਗੇ ਆ ਦਾਵਾ ਕੀਤਾ ਜਾ ਰਿਹਾ ਕਿ ਹੁਣ ਉੱਥੇ ਉਸ ਹੋਸਪਿਟਲ ਦੇ ਵਿੱਚ ਜਿਹੜੀ ਹੈਗੀ ਹੈ MRI ਦੀ ਮਸ਼ੀਨਾਂ ਵੀ ਜਿਹੜੀਆਂ ਹੈਗੀਆਂ ਲਾਈਆਂ ਜਾ ਰਹੀਆਂ ਨੇ, ਉਹਨਾਂ ਦੀ ਜਿਹੜੀ ਹੈਗੀ ਕੋਸਟ ਜਿਹੜੀ ਹੈਗੀ ਆ ਸੰਗਤ ਨੂੰ ਪੇ ਕਰਨੀ ਪਏਗੀ ਸਿਰਫ 50 ਰੁਪਏ, ਇਹਦੀ ਕਿੰਨੀ ਕੁ ਸੱਚਾਈ ਹੈ ਤੁਹਾਨੂੰ? ਨਹੀਂ ਨਹੀਂ ਸਰ, ਨਹੀਂ ਦੇਖੋ ਪਹਿਲੇ ਤੇ ਗੱਲ ਹੈਗੀ ਹੈ ਕਿ ਉਹ ਜਿਹੜਾ ਬਾਲਾ ਸਾਹਿਬ ਹੋਸਪਿਟਲ ਵਿੱਚ ਨਹੀਂ ਲੱਗ ਰਹੀ MRI CT ਸਕੈਨ ਦੀ ਮਸ਼ੀਨਾਂ, ਉਹ ਲੱਗ ਰਹੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ। ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਆਲਰੇਡੀ ਬਾਲਾ ਪ੍ਰੀਤਮ ਪੋਲੀ ਕਲੀਨਿਕ ਚੱਲ ਰਹੀ ਹੈ। ਅੱਛਾ ਜੀ, ਜਿੱਥੇ ਹਾਂਜੀ ਜਿੱਥੇ ਜਿਹੜੇ ਡਾਕਟਰ
ਜਿੱਥੇ ਡਾਕਟਰਸ ਹੈਗੇ ਨੇ ਵਿਜ਼ਿਟਿੰਗ ਡਾਕਟਰ ਸੇਵਾ ਕਰਦੇ ਹੈਗੇ ਨੇ, ਜਿੱਥੇ 10 ਜਾਂ 20 ਰੁਪਏ ਦੀ ਪਰਚੀ ਬਣਦੀ ਹੈ ਆਲਰੇਡੀ, ਉਹ ਭਾਵੇਂ ਉੱਥੇ ਕੋਈ ਵੀ ਇਲਾਜ 10 ਜਾਂ 20 ਰੁਪਏ ਦੇ ਅੰਦਰ ਓਪੀਡੀ ਉੱਥੇ ਚੱਲਦੀਆਂ ਨੇ, ਠੀਕ ਹੈ ਜੀ, ਉਹ ਵਿਜ਼ਿਟਿੰਗ ਓਪੀਡੀ ਹੈਗੀ ਹੈ। ਉੱਥੇ ਕਿੱਥੇ ਗੁਰੂ ਘਰ ਦੇ ਕੋਈ ਪ੍ਰੇਮੀ ਹੈਗੇ ਨੇ, ਉਹਨਾਂ ਨੇ ਸੀਟੀ ਸਕੈਨ ਤੇ MRI ਦੀ ਮਸ਼ੀਨਾਂ ਗੁਰਦੁਆਰਾ ਕਮੇਟੀ ਨੂੰ ਦਾਨ ਵਿੱਚ ਦਿੱਤੀਆਂ ਨੇ। ਅੱਛਾ ਜੀ, ਉਹਨਾਂ ਨੇ ਸੇਵਾ ਕੀਤੀ ਹੈ। ਉਹਨਾਂ ਦਾ ਪਰਪਸ ਸੀ ਕਿ ਜਿਹੜੇ MRI ਤੇ ਸੀਟੀ ਸਕੈਨਸ ਨੇ ਬੜੇ ਐਕਸਪੈਂਸਿਵ ਟੈਸਟ ਹੁੰਦੇ ਹੈ, ਇਹਨਾਂ ਦਾ ਡਾਇਗਨੋਸਟਿਕ ਦਾ ਖਰਚਾ ਬਹੁਤ ਮਹਿੰਗਾ ਪੈਂਦਾ ਹੈਗਾ, ਤੇ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਆਪਣੀ ਖਰਚਾ ਜ਼ਾਹਿਰ ਕੀਤੀ ਕਿ ਅਸੀਂ ਉੱਥੇ ਮਸ਼ੀਨਾਂ ਦਾਨ ਕਰਾਂਗੇ ਤੇ ਗੁਰਦੁਆਰਾ ਕਮੇਟੀ ਉਸ ਮਸ਼ੀਨਾਂ ਨੂੰ ਉੱਥੇ ਇੰਸਟਾਲ ਕਰੇ, ਤੇ ਜਿੰਨੇ ਗਰੀਬ ਲੋਕ ਨੇ ਜਿਹੜੇ ਬਿਲੋ ਪਾਵਰਟੀ ਲੋਕ ਨੇ ਜਿਹਨੂੰ ਅਸੀਂ BPL ਕੈਟੇਗਰੀ ਦੇ ਲੋਕ ਕਹਿੰਦੇ ਹੈਗੇ ਨੇ, ਉਹਨਾਂ ਵਾਸਤੇ 50 ਰੁਪਏ ਦੇ ਅੰਦਰ ਕੀਤਾ ਜਾ ਰਿਹਾ। ਇਹ ਇੱਕ ਵਧੀਆ ਉਪਰਾਲਾ ਹੈ, ਇਹ ਮੈਂ ਮੰਨਦਾ ਹਾਂ, ਇਹ ਵਧੀਆ ਉਪਰਾਲਾ ਹੈਗਾ, ਇਸ ਟਾਈਪ ਦੇ ਉਪਰਾਲੇ ਕਰਨ ਦੀ ਲੋੜ ਹੈ, ਪਰ ਇਹ 50 ਰੁਪਏ ਦਾ ਸਾਰਿਆਂ ਵਾਸਤੇ ਨਹੀਂ ਹੈਗਾ। ਅੱਛਾ ਜੀ, ਇਹ 50 ਰੁਪਏ ਦਾ ਰੇਟਸ, ਹਾਂ, ਇਹ ਸਿਰਫ BPL ਕਾਰਡ ਧਾਰਕਾਂ ਲਈ ਹੈ। ਇੰਡੀਅਨ ਗਵਰਨਮੈਂਟ ਜਿਹੜੇ ਬਿਲੋ ਪਾਵਰਟੀ ਲਾਈਨ ਦੇ ਜਿਹੜੀ ਲੋਕ ਹੁੰਦੇ ਨੇ, ਜਿਨ੍ਹਾਂ ਦੀ ਇਨਕਮ ਬਹੁਤ ਜ਼ਿਆਦਾ ਨਹੀਂ ਹੁੰਦੀ, ਉਹਨਾਂ ਨੂੰ ਇੱਕ BPL ਕਾਰਡ ਦਿੱਤਾ ਜਾਂਦਾ ਹੈਗਾ। ਇਹ ਸਿਰਫ ਉਹਨਾਂ ਲੋਕਾਂ ਦੇ ਲਈ, ਗਰੀਬ ਲੋਕਾਂ ਦੀ ਸੇਵਾ ਦੇ ਲਈ 50 ਰੁਪਏ ਦੀ MRI ਦੀ ਜਿਹੜੇ ਟੈਸਟ ਹੈਗੇ ਨੇ ਉਹ ਕੀਤੇ ਜਾ ਰਹੇ ਨੇ। ਉਹ ਜਿਹੜੀ ਚੀਜ਼ ਹੈ ਉਹ ਵੱਖਰਾ ਵਿਸ਼ਾ ਹੈਗਾ, ਪਰ ਇਸ ਚੀਜ਼ ਦੇ ਲਈ ਮੈਂ ਦਿੱਲੀ ਕਮੇਟੀ ਨੂੰ ਵਧਾਈ ਦਾ ਦੇਣਾ ਚਾਹੁੰਦਾ ਕਿ ਤੁਸੀਂ ਐਟਲੀਸਟ ਇਹ ਜਿਹੜਾ ਉਪਰਾਲਾ ਕੀਤਾ ਹੈ, ਇਹ ਉਪਰਾਲਾ ਠੀਕ ਕੀਤਾ ਹੈਗਾ, ਪਰ ਇਸ ਚੀਜ਼ ਨੂੰ ਅਸੀਂ ਬਾਲਾ ਸਾਹਿਬ ਹਸਪਤਾਲ ਦੇ ਨਾਲ ਮਿਕਸ ਨਾ ਕਰੀਏ, ਕਿਉਂਕਿ ਇਹ ਦੋ ਵੱਖਰੇ ਵੱਖਰੇ ਮੈਟਰ ਹੈਗੇ ਆ। ਬਿਲਕੁਲ ਜੀ, ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਕਰਕੇ ਕਾਫੀ ਜਿਹੜੀ ਹੈਗੀ ਹੈ ਸੰਗਤ ਨੂੰ ਜਿਹੜੀ ਹੈਗੀ ਆ ਹੋਰ ਉਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਹੋਇਆ ਹੈਗਾ। ਤੇ ਆਖਰ ਦੇ ਵਿੱਚ ਜਿਹੜਾ ਹੈਗਾ ਆ, ਮੈਂ ਸਿਰਫ ਇੱਕ ਚੀਜ਼ ਪੁੱਛਣਾ ਚਾਹੁੰਦਾ ਹੈਗਾ ਕਿ ਜਿਹੜੀ ਵੀ ਕੋਈ ਵੀ ਪਾਰਟੀ ਆਉਂਦੀ ਹੈ, ਭਾਵੇਂ ਉਹ ਸਰਨਾ ਬ੍ਰਦਰਸ ਹੋਣ, ਭਾਵੇਂ ਮਨਜੀਤ ਸਿੰਘ GK ਹੋਣ, ਭਾਵੇਂ ਇਹ ਕੀ ਕਹਿੰਦੇ ਨੇ ਸਿਰਸਾ ਸਾਹਿਬ ਹੋਣ, ਕੋਈ ਵੀ ਆਉਂਦਾ, ਹਾਂਜੀ, ਤੇ ਉਹਨਾਂ ਦੇ ਜਿਹੜੇ ਹੈਗੇ ਆ ਮੇਨ ਮੁੱਦੇ ਜਿਹੜਾ ਹੈਗਾ ਆ ਉਹ ਬਾਲਾ ਜੀ ਹਸਪੀਟਲ ਦੇ ਉੱਤੇ ਫੋਕਸ ਕੀਤਾ ਹੋਇਆ ਉਹਨਾਂ ਨੇ, ਤੁਸੀਂ ਜਿੱਦਾਂ ਕਹਿ ਰਹੇ ਜੇ ਕਿ ਉਹਨਾਂ ਦਾ ਮੇਨ ਜਿਹੜਾ ਬਾਲਾ ਸਾਹਿਬ ਹਸਪੀਟਲ, ਹਾਂਜੀ ਹਾਂਜੀ, ਉਹਦੇ ਤੇ ਹੈਗਾ ਤੇ ਆਖਿਰ ਦੇ ਵਿੱਚ ਜਿਹੜਾ ਹੈਗਾ ਆ, ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਇਸ ਮੁੱਦੇ ਨੂੰ ਕਿ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ, ਕਿ ਇਹਨੂੰ ਇਹ ਨਾ ਦੇਖਿਆ ਜਾਵੇ ਕਿ ਬਸ ਜੇ ਉਹਨਾਂ ਨੇ ਕਹਿ ਦਿੱਤਾ ਜਾਂ ਹੁਣ ਸਾਰਿਆਂ ਦੀ ਜਿਹੜੀ ਹੈਗੀ ਆ ਮੇਨ ਜਿਹੜਾ ਚੀਜ਼ ਇੱਧਰ ਨੂੰ ਉਹਨਾਂ ਨੇ ਕਰਵਾਤੀ ਹੋਈ ਹੈ ਕਿ ਸੰਗਤਾਂ ਨੂੰ ਇਮੋਸ਼ਨਲ ਕਰਕੇ ਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਵੋਟਾਂ ਲੈਣੀਆਂ ਨੇ। ਇੱਕ ਤੁਸੀਂ ਵੀ ਸੰਗਤ ਦੇ ਰੂਪ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੋ, ਇੱਕ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਵੀ ਉੱਥੇ ਬਹਿੰਦੇ ਹੋ, ਕੀਰਤਨ ਸੁਣਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਆਉਂਦੀ ਹੈ ਜਾਂ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹਦੇ ਬਾਰੇ? ਦੇਖੋ ਜੀ, ਮੈਂ ਤੇ ਆਪਣੇ ਆਪ ਦੇ ਅੰਦਰ ਇੱਕ ਬਹੁਤ ਛੋਟਾ ਜਿਹਾ ਇਨਸਾਨ ਆ, ਮੇਰੀ ਕੋਈ ਹਸਤੀ ਨਹੀਂ ਹੈ ਸੰਗਤ ਦੇ ਸਾਹਮਣੇ। ਦਿੱਲੀ ਦੀ ਸੰਗਤ ਬਹੁਤ ਹੀ ਐਜੂਕੇਟਿਡ ਹੈ, ਬਹੁਤ ਪੜ੍ਹੀ ਲਿਖੀ ਸੰਗਤ ਹੈਗੀ ਹੈ, ਤੇ ਜਿਹੜੇ ਦਿੱਲੀ ਦੇ ਅੰਦਰ ਮੈਕਸਿਮਮ ਲੋਕ ਨੇ ਉਹ ਜਾਂ ਤੇ ਸਰਵਿਸ ਕਲਾਸ ਲੋਕ ਹੈਗੇ ਨੇ ਜਾਂ ਬਿਜ਼ਨਸ ਕਲਾਸ ਲੋਕ ਨੇ, ਠੀਕ ਹੈ ਜੀ। ਉਹਨਾਂ ਨੂੰ ਪਤਾ ਹੈ ਉਹਨਾਂ ਨੇ ਆਪਣੇ ਫਿਊਚਰ ਨੂੰ ਕਿੱਥੇ ਲੈ ਕੇ ਜਾਣਾ, ਆਪਣੇ ਬੱਚਿਆਂ ਦਾ ਫਿਊਚਰ ਕਿੱਥੇ ਲੈ ਕੇ ਜਾਣਾ। ਦਿੱਲੀ ਦੀ ਸੰਗਤ ਇਸ ਕੰਪਲੀਟਲੀ ਅਵੇਅਰ ਉਹਨਾਂ ਨੂੰ ਕਰਨਾ ਕੀ ਹੈਗਾ। ਦਿੱਲੀ ਦੀ ਜਿਹੜੀ ਮੈਂ ਗੱਲ ਕਰ ਰਿਹਾ, ਇਹ ਮੇਰੀ ਇਕੱਲੇ ਦੀ ਗੱਲ ਨਹੀਂ ਹੈਗੀ, ਇਹ ਪੂਰੀ ਦਿੱਲੀ ਦੇ 46 ਵਾਰਡ ਦੇ ਜਿਹੜੇ ਸਿੱਖ ਸੰਗਤ ਨੇ ਉਹਨਾਂ ਦੀ ਗੱਲ, ਦਿਲਾਂ ਦੀ ਗੱਲ ਮੈਂ ਅੱਗੇ ਰੱਖਣ ਜਾ ਰਿਹਾ। ਦਿੱਲੀ ਦੀ ਸੰਗਤ ਚਾਹੁੰਦੀ ਹੈ ਕਿ ਇਸ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜਾ ਇਲੈਕਸ਼ਨ ਹੋਵੇ ਉਹ ਐਜੂਕੇਸ਼ਨ, ਬੈਟਰਮੈਂਟ ਆਫ ਦਾ ਐਜੂਕੇਸ਼ਨ ਐਂਡ ਬੈਟਰਮੈਂਟ ਆਫ ਦਾ ਮੈਡੀਕਲ ਸਰਵਿਸਿਸ ਦੇ ਨਾਂ ਤੇ ਲੜਿਆ ਜਾਏਗਾ। ਜਿਸ ਤਰ੍ਹਾਂ ਪਹਿਲੇ ਦੱਸਿਆ ਗਿਆ, ਸਾਡੀ ਪ੍ਰਾਇਰਟੀ ਹੈ ਕਿ ਬਾਲਾ ਸਾਹਿਬ ਹਸਪੀਟਲ ਨੂੰ ਜਲਦੀ ਤੋਂ ਜਲਦੀ ਇੱਕ ਪ੍ਰਾਈਵੇਟ ਕੋਲੈਬੋਰੇਸ਼ਨ ਦੇ ਰਾਹੀਂ ਸ਼ੁਰੂ ਕਰਕੇ ਸੰਗਤ ਦੀ ਝੋਲੀ 'ਚ ਪਾਇਆ ਜਾਏ ਤੇ ਮੈਡੀਕਲ ਕਾਲਜ ਖੋਲਿਆ ਜਾਏ। ਜਿਹੜੇ ਦਿੱਲੀ ਗੁਰਦੁਆਰਾ ਕਮੇਟੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਨੇ ਜਾਂ ਹੋਰ ਇੰਸਟੀਟਿਊਟਸ ਹੈਗੇ ਨੇ ਜਿਨ੍ਹਾਂ ਦਾ ਜਿਹੜੀ ਐਜੂਕੇਸ਼ਨਲ ਕੁਆਲਿਟੀ ਹੈ, ਅਕੈਡਮਿਕ ਤੇ ਫਾਈਨੈਂਸ਼ੀਅਲ ਕੁਆਲਿਟੀ ਬਹੁਤ ਹੀ ਜ਼ਿਆਦਾ ਨੀਵੀ ਗਿਰ ਗਈ ਹੈ, ਉਸ ਚੀਜ਼ ਨੂੰ ਠੀਕ ਕੀਤਾ ਜਾਏ। ਟੀਚਰਸ ਦੀ ਜਿਹੜੀ ਤੇ ਸਟਾਫ ਦੀ ਸੈਲਰੀ ਹੈਗੀ ਹੈ, ਉਹ ਸਟਾਫ ਦੀ ਸੈਲਰੀ ਟਾਈਮ ਸਿਰ ਦਿੱਤੀ ਜਾਏ, ਜਿਹੜੇ ਪੈਂਡਿੰਗ ਏਰੀਅਸ ਹੈਗੇ ਨੇ ਉਹਨਾਂ ਨੂੰ ਟਾਈਮ ਸਿਰ ਵਾਪਸ ਕੀਤੇ ਜਾਣ। ਜਿਹੜਾ ਸਟਾਫ ਰਿਟਾਇਰ ਹੋਇਆ ਹੈ, ਜਿਹੜੇ ਪਿਛਲੇ ਬੜੇ ਲੰਬੇ ਸਾਲਾਂ ਤੋਂ ਉਹਨਾਂ ਨੂੰ ਰਿਟਾਇਰਮੈਂਟ ਦਾ ਪੈਸਾ ਨਹੀਂ ਦਿੱਤਾ ਗਿਆ, ਗ੍ਰੈਚੁਟੀ ਦਾ ਪੈਸਾ ਨਹੀਂ ਦਿੱਤਾ ਗਿਆ, ਉਹ ਸਾਰਾ ਦਾ ਸਾਰਾ ਪੈਸਾ ਉਹਨਾਂ ਨੂੰ ਵਾਪਸ ਕੀਤਾ ਜਾਏ।
ਜਿਹੜੇ ਗੁਰਦੁਆਰੇ ਦੀ ਸੇਵਾ ਸੰਭਾਲ ਦੇ ਅੰਦਰ ਨਿਗਾਰ ਆਇਆ ਹੈ, ਜਿਹੜੀ ਮਰਿਆਦਾ ਦੇ ਅੰਦਰ ਨਿਗਾਰ ਆਇਆ ਹੈ, ਜਿਹੜੀ ਪਰੰਪਰਾਵਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਉਲੰਘ ਹੋ ਕੇ ਚੱਲ ਰਹੀਆਂ ਨੇ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜੀ ਜਿਹੜੀ ਸਿੱਖੀ ਤੇ ਖਾਲਸਾਈ ਜਾਹੋ ਜਹਾਲ ਦੇ ਅੰਦਰ ਸਾਡੇ ਜਿਹੜੀ ਸਿੱਖ ਰਹਿਤ ਮਰਿਆਦਾ ਦਾ ਦਾਇਰਾ ਹੈਗਾ, ਉਸ ਦਾਇਰੇ ਦੇ ਅੰਦਰ ਰਹਿ ਕੇ ਹੀ ਇਹਨਾਂ ਜਿਹੜੇ ਨਿਜ਼ਾਮ ਨੂੰ ਉੱਤੇ ਲੈ ਕੇ ਜਾਇਆ ਜਾਏ, ਇਹ ਦਿੱਲੀ ਦੀ ਸਾਰੀ ਸੰਗਤ ਚਾਹੁੰਦੀ ਹੈ। ਤੇ ਇਹਨਾਂ ਸੰਗਤ ਇਹੀਓ ਮੈਂ ਸੰਗਤ ਦੀ ਜਿਹੜੀ ਅਪੀਲ ਹੈਗੀ ਹੈ ਲੋਕਾਂ ਦੇ ਸਾਹਮਣੇ ਵੀ ਕਰਾਂਗਾ, ਤੇ ਜਿਹੜੇ ਮੇਰੇ ਇਸ ਇੰਟਰਵਿਊ ਨੂੰ ਲੋਕ ਦੇਖ ਰਹੇ ਨੇ, ਭਾਵੇਂ ਉਹ ਜਿਹੜੇ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਲੜਨਾ ਚਾਹੁੰਦੇ ਨੇ, ਆਪਣੇ ਜ਼ਿਹਨ ਦੇ ਅੰਦਰ ਇਹ ਗੱਲ ਰੱਖਣ, ਕਿਉਂਕਿ ਇਹ ਜਿਹੜੀ ਆਵਾਜ਼ ਹੈਗੀ ਹੈ ਦਿੱਲੀ ਦੀ ਸਿੱਖ ਸੰਗਤ ਦੀ ਆਵਾਜ਼ ਹੈ, ਤੁਹਾਨੂੰ ਦਿੱਲੀ ਦੀ ਸੰਗਤ ਦੇ ਨਫਸ ਨੂੰ ਫੜਨਾ ਪਏਗਾ। ਤੇ ਜਿਹੜਾ ਵੀ ਇਨਸਾਨ, ਜਿਹੜੀ ਵੀ ਪੋਲੀਟੀਕਲ ਪਾਰਟੀ ਦਿੱਲੀ ਦੀ ਸੰਗਤ ਦੇ ਨਫਸ ਨੂੰ ਫੜੇਗੀ, ਦਿੱਲੀ ਦੀ ਸੰਗਤ ਜਿੱਤ ਦਾ ਸਿਹਰਾ ਉਸੀ ਦੇ ਸਿਰ ਤੇ ਸਜਾਏਗੀ। ਬਿਲਕੁਲ ਜੀ ਸਹੀ। ਇਹ ਬਹੁਤ ਬਹੁਤ ਸੁਪ੍ਰੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਟਾਈਮ ਤੇ ਗੱਲਾਂ ਤੇ ਹੋਰ ਵੀ ਕਰਨੀਆਂ ਸਨ, ਪਰ ਕੀ ਕਰੀਏ, ਟਾਈਮ ਜਿਹੜਾ ਹੈਗਾ ਆ ਇਹ ਇਜਾਜ਼ਤ ਨਹੀਂ ਦਿੰਦਾ ਹੈਗਾ, ਕਿਉਂਕਿ ਜਦੋਂ ਉਹਦੇ ਨਾਲ ਵਾਅਦਾ ਕਰਕੇ ਤੁਰੀਦਾ ਨਾ, ਤਾਂ ਫਿਰ ਉਹ ਕੀ ਕਹਿੰਦੇ ਨੇ ਪਿੱਛੇ ਨੂੰ ਆਪਣੇ ਪੈਰ ਖਿੱਚਣ ਲੱਗ ਪੈਂਦਾ ਹੁੰਦਾ ਆ, ਤੇ ਇਸ ਕਰਕੇ ਟਾਈਮ ਦੀ ਜਿਹੜੀ ਹੈਗੀ ਪਾਬੰਦੀ ਸਾਨੂੰ ਬਹੁਤ ਇਹ ਚੀਜ਼ ਨੂੰ ਲੈ ਕੇ ਚੱਲਣਾ ਪੈਂਦਾ। ਤੇ ਬਹੁਤ ਬਹੁਤ ਇੱਕ ਵਾਰੀ ਫਿਰ ਤੁਹਾਡਾ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਜਿਹੜਾ ਹੈਗਾ ਆ ਸੰਗਤਾਂ ਦੇ ਰੂਬਰੂ ਹੋਏ ਜੇ, ਸੰਗਤਾਂ ਨੂੰ ਉਹ ਪੂਰੀ ਜਾਣਕਾਰੀ ਦਿੱਤੀ ਹੈ। ਕਈਆਂ ਨੂੰ ਇਹ ਪਤਾ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਕਿ ਕੀ ਇਹ ਮਾਹੌਲ ਜਿਹੜਾ ਹੈਗਾ ਆ, ਕਿਉਂ ਇਹ ਬਿਖਰਿਆ ਬਿਖਰਿਆ ਨਜ਼ਰ ਆ ਰਿਹਾ ਹੈਗਾ ਆ। ਤਿੰਨੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਇਹ ਜਿਹੜੀਆਂ ਹੈਗੀਆਂ ਨੇ ਦਾਅਵੇ ਕਰ ਰਹੀਆਂ ਨੇ, ਅਤੇ ਸਿਰਫ ਮੁੱਦਾ ਜਿਹੜਾ ਹੈਗਾ ਆ ਇਲੈਕਸ਼ਨਾਂ ਦੇ ਵਿੱਚ ਇਸ ਵੇਲੇ ਜਿਹੜਾ ਹੈਗਾ ਆ ਸਕੂਲ ਨੂੰ ਲੈ ਕੇ, ਬਾਲਾ ਸਾਹਿਬ ਜਿਹੜਾ ਹੋਸਪਿਟਲ ਨੂੰ ਲੈ ਕੇ ਆ, ਜਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਲੈ ਕੇ ਜਿਹੜਾ ਹੈਗਾ ਆ ਚੋਣਾਂ ਜਿਹੜੀਆਂ ਲੜੀਆਂ ਜਾ ਰਹੀਆਂ ਹੈਗੀਆਂ ਨੇ। ਅਤੇ ਦੇਖੋ ਹੁਣ ਕਹਿੰਦੇ ਆ ਕਿ ਹੁਣ ਸਾਰਾ ਦਾਰੋਮਦਾਰ ਜਿਹੜਾ ਹੈਗਾ ਆ ਸੰਗਤਾਂ ਦੇ ਉੱਤੇ ਆ, ਕਿ ਸੰਗਤ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਸਿਹਰਾ ਕਿਹਦੇ, ਕਾਮਯਾਬੀ ਦਾ ਸਿਹਰਾ ਕਿਹਦੇ ਕੀ ਕਹਿੰਦੇ ਨੇ ਸਿਰ ਦੇ ਉੱਤੇ ਬੰਨਿਆ ਜਾਂਦਾ। ਅਤੇ ਤੁਹਾਡਾ ਵੀ ਇੱਕ ਵਾਰੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਜੀ। ਇੱਥੇ ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਫਤਿਹ। ਇਹ ਸਨ ਜੀ ਸੁਖਪ੍ਰੀਤ ਜੀ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਨੇ, ਜੋ ਇਸ ਵੇਲੇ ਜੋ ਮੌਜੂਦਾ ਹਾਲਾਤ ਜਿਹੜੇ ਹੈਗੇ ਨੇ ਦਿੱਲੀ ਦੇ ਵਿੱਚ ਜਿਹੜੇ ਹੈਗੇ ਨੇ ਬਣੇ ਨੇ, ਕਿਉਂਕਿ ਮਾਹੌਲ ਜਿਹੜਾ ਇਸ ਵੇਲੇ ਉੱਥੇ ਇਲੈਕਸ਼ਨ ਦਾ ਆ, ਅਤੇ ਮੁੱਦੇ ਜਿਹੜੇ ਹੈਗੇ ਨੇ ਉਹ ਤੁਹਾਡੇ ਸਾਹਮਣੇ ਜਿਹੜੇ ਹੈਗੇ ਨੇ ਸੁਖਪ੍ਰੀਤ ਹੋਣਾ ਨੇ ਰੱਖੇ ਨੇ ਕਿ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਹੈਗੀਆਂ ਨੇ ਚੋਣਾਂ ਜਿਹੜੀਆਂ ਹੈਗੀਆਂ ਨੇ ਲੜੀਆਂ ਜਾ ਰਹੀਆਂ ਨੇ। ਹੋਰ ਵੀ ਜਿਹੜੀਆਂ ਇੱਦਾਂ ਦੇ ਪ੍ਰੋਗਰਾਮ ਲੈ ਕੇ ਸਾਂਝਾ ਪੰਜਾਬ ਵੱਲੋਂ ਰਣਜੀਤ ਸਿੰਘ ਆਨੰਦ ਵੱਲੋਂ ਤੁਹਾਡੇ ਰੂਬਰੂ ਕੀਤੇ ਜਾਣਗੇ, ਅਤੇ ਬਹੁਤ ਜਲਦੀ ਜਿਹੜੇ ਹੈਗੇ ਨੇ ਹੋਰ ਵੀ ਇੱਦਾਂ ਦੇ ਜਿਹੜੇ ਹੈਗੇ ਨੇ ਜਿਹੜੇ ਆਪਣੇ ਸਾਂਝਾ ਪੰਜਾਬ ਨੂੰ ਲਾਈਕ ਕਰਦੇ ਨੇ ਉਹਨਾਂ ਦੀਆਂ ਇੰਟਰਵਿਊ ਵਗੈਰਾ ਜਿਹੜੀਆਂ ਹੈਗੀਆਂ ਨੇ ਤੁਹਾਡੇ ਰੂਬਰੂ ਕੀਤੀਆਂ ਜਾਣਗੀਆਂ, ਤਾਂ ਜੋ ਤੁਹਾਨੂੰ ਇਹ ਸੱਚ ਦੀ ਜਿਹੜੀ ਹੈਗੀ ਆ ਆਵਾਜ਼ ਸੁਣਨ ਨੂੰ ਮਿਲੇ, ਸੱਚ ਦਾ ਜਿਹੜਾ ਹੋਕਾ ਸਾਂਝੇ ਪੰਜਾਬ ਵੱਲੋਂ ਦਿੱਤਾ ਜਾਂਦਾ ਆ, ਉਸ ਹੋਕੇ ਨੂੰ ਮਤਲਬ ਕਿ ਸਹੀ ਤਰੀਕੇ ਦੇ ਨਾਲ ਤੁਹਾਡੇ ਅੱਗੇ ਪੇਸ਼ ਕੀਤਾ ਜਾ ਸਕੇ, ਤਾਂ ਜੋ ਤੁਸੀਂ ਫੈਸਲਾ ਕਰ ਸਕੋ ਕਿ ਇਹਦੇ ਹੱਕਦਾਰ ਜਿਹੜਾ ਹੈਗਾ ਆ ਕੌਣ ਹੈ। ਅਤੇ ਇੰਨੀਆਂ ਕੁ ਜਿਹੜੀਆਂ ਬੇਨਤੀਆਂ ਜਿਹੜੀਆਂ ਹੈਗੀਆਂ ਨੇ ਦਾਸ ਵੱਲੋਂ ਪ੍ਰਵਾਨ ਕਰਨੀਆਂ, ਅਤੇ ਨਾਲ ਹੀ ਇੱਕ ਇਸੇ ਵਾਅਦੇ ਨਾਲ ਤੁਹਾਨੂੰ ਇੱਥੇ ਛੱਡ ਕੇ ਜਾਣਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਗੈਸਟ ਦੇ ਨਾਲ, ਕਿਸੇ ਨਵੀਂ ਸ਼ਖਸੀਅਤ ਦੇ ਨਾਲ ਉਹਦੇ ਨਾਲ ਤੁਹਾਡੀ ਰੂਬਰੂ ਕਰਾਂਗੇ। ਬਾਕੀ ਦੇ ਜਿਹੜੇ ਹੈਗੇ ਨੇ ਪ੍ਰੋਗਰਾਮ ਜਿਹੜੇ ਹੈਗੇ ਨੇ, ਜਦੋਂ ਆਪਣਾ ਕਰੋਨਾ ਦਾ ਸਿਸਟਮ ਜਿਹੜਾ ਹੈਗਾ ਖਤਮ ਹੋ ਗਿਆ, ਕਾਫੀ ਚਿਹਰੇ ਜਿਹੜੇ ਹੈਗੇ ਨੇ ਤੁਹਾਨੂੰ ਦੇਖਣ ਨੂੰ ਜਿਹੜੇ ਹੈਗੇ ਨੇ ਸੁਣਨ ਨੂੰ ਉਹਨਾਂ ਦੀਆਂ ਆਵਾਜ਼ਾਂ ਮਿਲਣਗੀਆਂ,
ਤੇ ਇੱਥੇ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਫਿਨਿਸ਼ ਕਰਦੇ ਹਾਂ। ਪ੍ਰੋਗਰਾਮ ਕਰਦਿਆਂ ਹੋਇਆਂ ਕੁਛ ਲਫ਼ਜ਼ ਕੋਈ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ, ਅਤੇ ਗਾਂਹ ਵਾਸਤੇ ਇਹ ਵਾਅਦਾ ਕਰਦੇ ਹਾਂ ਕਿ ਕੋਈ ਵੀ ਐਸੀ ਵੈਸੀ ਜਿਹੜੀ ਹੈਗੀ ਹੈ ਗੱਲਬਾਤ ਜੋ ਕਿਸੇ ਦੇ ਦਿਲ ਨੂੰ ਦਿਖਾਉਂਦੀ ਹੋਵੇ ਉਹ ਇਸ ਚੈਨਲ ਜ਼ਰੀਏ ਨਾ ਹੋ ਸਕੇ। ਇੰਨੀਆਂ ਉਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਤੇ ਪ੍ਰੋਗਰਾਮ ਕਿਹੋ ਜਿਹਾ ਲੱਗਾ ਆਪਣੇ ਕਮੈਂਟਾਂ ਜ਼ਰੀਏ ਆਪਣੇ ਫੀਡਬੈਕ ਜ਼ਰੀਏ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ, ਤਾਂ ਜੋ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਆਪਣੇ ਆਪ ਨੂੰ ਹਾਜ਼ਰ ਕੀਤਾ ਜਾ ਸਕੇ। ਇੰਨੀਆਂ ਉਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ ਕਰਨੀ। ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਫਿਰ ਰਣਜੀਤ ਸਿੰਘ ਆਨੰਦ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thanks for watching this video and like and share and subscribe YouTube channel.